जी सारे दोस्तों नू जी आयां नू लायलपुर यंग हिस्टोरियन क्लब दे अज दे इस प्रोग्राम दे विच जेले दोस्त सानू वेख रहे ने प्लीज उन्होंने रिक्वेस्ट है कि तुसी इस नू शेयर कर दियो ताकि बाकी दोस्त भी आ जाण ते अज दा एक बहुत अहम जेली अज दी गलबात है उस विच शामिल हो सकन। दूसरी ये इस गल दी माजरत कि असीं थोड़ा जिहा लेट हो गए इंटरनेट दे कनैक्टिविटी दे प्रॉब्लम दी वजह तों ते सारे दोस्तों नू रिक्वेस्ट है कि तुसी इहनू शेयर कर दियो ताकि अज दी जिहड़ी गलबात है उहदे हवाले नाल बाकी दोस्त भी शामिल हो सकन और अज दी एक जिहड़ी ना अज दा जिहड़ा प्रोग्राम एक भरपूर प्रोग्राम हो सके। अज दा ये प्रोग्राम जिहड़ा अज दा एक स्पैशल प्रोग्राम लायलपुर यंग हिस्टोरियन क्लब की जिहड़ी असीं स्पैशल प्रोग्राम की सीरीज शुरू की है उस दे विच असीं मुख्तलिफ प्रोग्राम किए जिहदे विच जिहड़े साडे पंजाब दे हवाले नाल सीनियर लोग ने उहनां नूं और पंजाब दे रेवोल्यूशनरीज नूं पंजाब दे हीरोज़ नूं लै के असीं एक स्पैशल प्रोग्राम की सीरीज भी करदे हां। उहदा अज अगला पड़ाव जिहड़ा है उस स्पैशल प्रोग्राम दे विच अज बाबा जी सोहन सिंह पकना होणा दा 151वां जिहड़ा है वो जन्मदिन अज उहनां दा जन्मदिन है ते असीं अपने इस क्लब तों असीं चढ़दे लैंदे सारी दुनिया च वास्ते पंजाबी अज उहनां दा जन्मदिन भी मना रहे हां। पर मैं ये समझना वा कि असीं पिछले दिनां उहनां दे डैथ एनीवर्सरी ते भी गल कीती और अज असीं उहनां दी बर्थडे ते भी गल कर रहे हां। असीं यह समझने कि रेवोल्यूशनरी साडे विच मौजूद ने और असीं इहनां दीआं गल्लां बातां इहनां दे आइडियाज़ नूं असीं सुणने आ अपणी अखां नाल पढ़ने आ और समझने आ और अज दे दिन दे नाल उहनां दी रेलेवेंस नूं वेखण दी लोड़ है। सो अज साडे नाल अज साडे बहुत ही सीनियर दोस्त साडे ते दोस्त ने और नाल दी नाल साडे पंजाबी दे बहुत महान लिखारी जे उहनां दी फिक्शन वल्लों गल करिए जो उहनां ने लिखिया ਉਹ ਬਹੁਤ ਹੀ ਖੂਬਸੂਰਤ ਉਹਨਾਂ ਦਾ ਸਾਰੇ ਦੋਸਤਾਂ ਨੇ ਪੜ੍ਹਿਆ ਔਰ ਉਹਦੇ ਤੋਂ ਵੱਖ ਉਹਨਾਂ ਦਾ ਜਿਹੜਾ ਰਿਸਰਚ ਗੱਦਰੀ ਬਾਬਿਆਂ ਦੇ ਉੱਤੇ ਕੰਮ ਜਿਹੜਾ ਹੈ ਉਹ ਵੀ ਬਹੁਤ ਜ਼ਬਰਦਸਤ ਹੈ। ਮੇਰੀ ਮੁਰਾਦ ਹੈ ਦੇਸ ਰਾਜ ਕਾਲੀ ਜੀ ਅੱਜ ਸਾਡੇ ਨਾਲ ਮੌਜੂਦ ਨੇ ਦੋਸਤਾਂ ਸਾਡਾ ਪੋਸਟਰ ਵੀ ਵੇਖ ਲਿਆ ਹੈਗਾ ਔਰ ਮੈਂ ਦੱਸਦਾ ਜਾਵਾਂ ਮੇਰਾ ਦੇਸ ਰਾਜ ਕਾਲੀ ਜੀ ਵੀ ਮੌਜੂਦ ਨੇ ਪਿੱਛੇ ਸੁਣ ਰਹੇ ਹੋਣਗੇ ਕਿ ਅੱਜ ਸਾਡਾ ਉਹ ਪੋਸਟਰ ਜਿਹੜਾ ਹੈ ਪੰਜਾਬੀ ਤਮਾਮ ਤਰ ਗਰੁੱਪਸ ਦੇ ਵਿੱਚ ਸ਼ੇਅਰ ਹੋਇਆ ਵਟਸਐਪ ਗਰੁੱਪ ਹੋਣ ਜਾਂ ਦੂਸਰਾ ਦੇਸਰਾਜ ਕਾਲੀ ਉਹਨਾਂ ਦੇ ਆਉਣ ਦੀ ਇੱਕ ਆਪਣੀ ਜਿਹੜੀ ਹੈ ਨਾ ਉਹ ਰੌਣਕ ਲੱਗਦੀ ਹੈ ਸਾਡੇ ਵੱਲੇ ਪੰਜਾਬ ਦੇ ਵਿੱਚ ਔਰ ਜਿੱਥੇ ਜਿੱਥੇ ਬਾਕੀ ਸਾਡੇ ਇਨਕਲਾਬੀ ਦੋਸਤ ਵੱਸਦੇ ਨੇ ਜਦੋਂ ਉਹਨਾਂ ਦਾ ਨਾਮ ਹੁੰਦਾ ਹੈ ਕਿ ਉਹਨਾਂ ਨੇ ਅੱਜ ਜਾਣਾ ਹੈ ਤੇ ਉਹਦੀ ਇੱਕ ਆਪਣੀ ਜਿਹੜੀ ਹੈ ਨਾ ਰੌਣਕ ਲੱਗਦੀ ਨੇ ਸਾਡੇ ਬੜੇ ਹੀ ਰੌਣਕੇ ਜੀ ਸਾਡੇ ਬੜੇ ਹੀ ਸੀਨੀਅਰ ਦੋਸਤ ਉਹਨਾਂ ਦੀ ਬੜੀ ਮਿਹਰਬਾਨੀ ਹੈ ਸਾਡੇ ਨਾਲ ਮੌਜੂਦ ਨੇ। ਮੈਂ ਹੁਣ ਉਹਨਾਂ ਨੂੰ ਦਾਵਤ ਦੇਣਾ ਹੈ ਕਿ ਉਹ ਵੀ ਸਾਡੇ ਨਾਲ ਸ਼ਾਮਿਲ ਹੋਣ। ਜੀ ਸਰ ਜੀ ਆਇਆਂ ਨੂੰ ਲਾਲਪੁਰ ਚ ਮਿਹਰਬਾਨੀ ਤਵੀ ਜੀ ਸਾਰੇ ਦੋਸਤਾਂ ਦਾ ਮੈਂ ਅਦਬ ਕਰਦਾ ਜਿੰਨਾ ਪਿਆਰ ਕਰਦੇ ਹੈ ਤੁਸੀਂ ਸਾਰੇ ਲੋਕ ਜਿੰਨੀ ਮਿਹਨਤ ਕਰਦੇ ਹੋ ਅਸੀਂ ਤਾਂ ਮਲੰਗ ਜਿਹੇ ਬੰਦੇ ਹਾਂ ਕਦੇ ਇੱਧਰ ਚਲੇ ਗਏ ਕਦੇ ਇੱਧਰ ਚਲੇ ਗਏ ਥੋੜਾ ਜਿਹਾ ਆਪਣੀ ਕਨੈਕਟਿਵਿਟੀ ਤੇ ਮੈਂ ਥੋੜਾ ਦੁੱਖ ਮਹਿਸੂਸ ਕਰ ਰਿਹਾ ਸੀ ਯਾਰ ਮੈਂ ਕਿਹਾ ਇੰਨੀ ਮਿਹਨਤ ਕਰਦੇ ਨੇ ਸਾਰੇ ਜਾਂਦੇ ਨੇ ਤੇ ਅਸੀਂ ਜੇ ਕਿਤੇ ਕਨੈਕਟ ਨਾ ਹੋ ਪਾਏ ਤਾਂ ਕੀ ਆ ਤੇ ਉਹਦੇ ਨਾਲ ਥੋੜਾ ਜਿਹਾ ਨਹਿਣ ਤੇ ਅਜੀਬ ਕਿਸਮ ਦਾ ਬੋਝ ਜਿਹਾ ਵੀ ਪੈ ਜਾਂਦਾ ਪਰ ਜਦੋਂ ਤੁਹਾਡੀ ਆਵਾਜ਼ ਸੁਣੀ ਤੇ ਮੈਂ ਤਾਂ ਠੀਕ ਹੋ ਜਾਂਦਾ। ਸਾਰੇ ਦੋਸਤਾਂ ਨੂੰ ਦੁਆਵਾਂ ਨੇ ਅੱਜ ਬਾਬਾ ਜੀ ਮੈਂ ਤੋਹੀ ਜੀ ਮੈਂ ਇਹਨਾਂ ਬਾਬਿਆਂ ਦਾ ਮੁਨਸ਼ੀ ਰਿਹਾ ਇਹਦੇ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ। ਮੈਂ ਬਾਬਾ ਬਿਲਗਾ ਜੀ ਨੂੰ ਪੜ੍ਹ ਪੜ੍ਹ ਕਿਤਾਬਾਂ ਸੁਣਾਉਂਦਾ ਹੁੰਦਾ ਸੀ ਉਹ ਬੋਲਦੇ ਸੀ ਮੈਂ ਲਿਖਦਾ ਹੁੰਦਾ ਸੀ ਉਹ ਕਿਆ ਮਰਹਲੇ ਨੇ ਔਰ ਅਸੀਂ ਬਾਬਾ ਜੀ ਦੇ ਉਹ ਇੱਦਾਂ ਜਦੋਂ ਹੱਥ ਘੱਟਦੇ ਸੀ ਉਹਨਾਂ ਦਾ ਮਾਈ ਗੋਡ ਇਹਨਾਂ ਲੋਕਾਂ ਬਾਰੇ ਪਤਾ ਨੀ ਮੈਂ ਤਾਂ ਹਿਸਟਰੀ ਦਾ ਵਿਦਿਆਰਥੀ ਹਾਂ ਹਨਾ ਮੈਨੂੰ ਹਿਸਟਰੀ ਉਸ ਤਰੀਕੇ ਡਿਸਿਪਲਿਨ ਚ ਨਹੀਂ ਆਉਂਦੀ ਪਰ ਮੈਂ ਉਹ ਗੱਲਾਂ ਕਰਾਂਗਾ ਜਿਹੜੀਆਂ ਮੈਂ ਕਿਉਂਕਿ ਤੁਹਾਡੇ ਸਬਜੈਕਟ ਦੇ ਮੁਤਾਬਕ ਉਹ ਸਬਜੈਕਟ ਬਹੁਤ ਅਹਿਮ ਸਬਜੈਕਟ ਤੁਸੀਂ ਅੱਜ ਰੱਖਿਆ ਹੈ ਕਿ ਜਿੱਥੇ ਇਸ ਮਰਹਲੇ ਨੂੰ ਅੱਜ ਅਸੀਂ ਪਹੁੰਚੇ ਹੋਏ ਹਾਂ ਖਾਸ ਕਰ ਕਿਸਾਨੀ ਦੇ ਮਰਹਲੇ ਨੂੰ ਤਾਂ ਮੈਂ ਆਪਣੇ ਮਨ ਦੀਆਂ ਗੱਲਾਂ ਕਰਾਂਗਾ ਹੋ ਸਕਦਾ ਮੈਂ ਤੁਹਾਡੇ ਉਹਦੇ ਤੇ ਨਾ ਖਰਾ ਉਤਰ ਸਕਾਂ ਨਾ ਹਿਸਟਰੀ ਵਾਲੇ ਮਾਮਲੇ ਚ ਕਿਉਂਕਿ ਮੁੜ ਕੇ ਪਤਾ ਮੈਨੂੰ ਇਹ ਲੱਗਦਾ ਵੀ ਕੋਈ ਆਕਸਫੋਰਡ ਯੂਨੀਵਰਸਿਟੀ ਤੋਂ ਸੁਣ ਰਹੇ ਹੁੰਦੇ ਨੇ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਆਪਣੇ ਜਿਹੜੀ ਹੈ ਗੱਲਬਾਤ ਅੱਜ ਦੀ ਸਾਂਝੀ ਕਰੋ ਤੇ ਕੁਰਸੀ ਥੋੜੀ ਜਿਹੀ ਲਾਗੇ ਕਰੋ ਤੇ ਆਵਾਜ਼ ਤੁਹਾਡੀ ਜ਼ਰਾ ਸਾਨੂੰ ਜਿਹੜੀ ਹੈ ਅਸੀਂ ਸੁਣ ਸਕੀਏ ਤੇ ਸਕਰੀਨ ਤੁਹਾਡੇ ਕੋਲ ਹੁਣ ਅਸੀਂ ਤੁਹਾਡੀ ਗੱਲਬਾਤ ਸੁਣਾਂਗੇ। ਜੀ ਸਰ ਥੈਂਕ ਯੂ ਤਾਹੀ ਜੀ ਦੋਸਤੋ ਸਾਰੇ ਮੇਰੇ ਕੁਝ ਦੋਸਤ ਹੋਣਗੇ ਮੇਰੇ ਆਮ ਉਮਰ ਵੱਡੇ ਲੋਕ ਕੁਛ ਕੁਛ ਕਿਉਂਕਿ ਇਸ
ਕਲੱਬ ਨੇ ਜਿੰਨਾ ਸੀਰੀਅਸ ਕੰਮ ਕੀਤਾ ਲਾਕਡਾਊਨ ਦੇ ਦੌਰਾਨ, ਲਾਕਡਾਊਨ ਖੁੱਲਣ ਤੋਂ ਬਾਅਦ, ਸੋਸ਼ਲ ਮੀਡੀਆ ਦੇ ਯੁੱਗ ਦੀ ਜੇ ਗੱਲ ਕਰ ਲਈਏ ਅਸੀਂ ਦੂਰ ਦੂਰ ਬੈਠਿਆਂ ਤੇ, ਔਰ ਜਿਹੜੀ ਪੰਜਾਬੀਅਤ ਨੂੰ ਪਰਣਾਈ ਹੋਈ ਗੱਲ ਜਦੋਂ ਕਰਦੇ ਹਾਂ ਅਸੀਂ, ਜਾਂ ਇਹਨਾਂ ਦੇ ਸ਼ਹਿਰਾਂ ਦੀਆਂ ਗੱਲਾਂ ਕਰਨੀਆਂ, ਪਿੰਡਾਂ ਦੀਆਂ ਗੱਲਾਂ ਕਰਨੀਆਂ, ਕਸਬਿਆਂ ਦੀਆਂ ਗੱਲਾਂ ਕਰਨੀਆਂ, ਜਾਂ ਦੋਸਤਾਂ ਦੀਆਂ ਕਿਤਾਬਾਂ ਤੇ ਗੱਲਾਂ ਕਰਨੀਆਂ, ਜਾਂ ਹਿਸਟਰੀ ਦੇ ਉਹ ਵੱਖ ਵੱਖ ਪਹਿਲੂਆਂ ਦੇ ਉੱਤੇ, ਮਰਹਲਿਆਂ ਤੇ ਕੰਟੈਂਪਰੇਰੀ ਇਸ਼ੂਜ਼ ਨੂੰ ਲੈ ਕੇ, ਤਾਂ ਇਹ ਸਾਰੀ ਟੀਮ ਜਿਹੜੀ ਆ ਨਾ ਉਹ ਵਧਾਈ ਦੀ ਪਾਤਰ ਆ। ਮੈਂ ਤਾਂ ਇਹਨਾਂ ਤੋਂ ਬਹੁਤ ਪ੍ਰੇਰਣਾ ਲੈਂਦਾ। ਦੋਸਤੋ ਅੱਜ ਉਹਨਾਂ ਨਾਲ ਗੱਲ ਹੋਈ ਸੀ, ਮੈਂ ਪੋਲੀਟੀਕਲ ਜਿਹਾ ਬੰਦਾ ਕਈ ਵਾਰੀ, ਥੋੜ੍ਹਾ ਦਿਹਾੜੀਦਾਰ ਵੀ ਹਾਂ, ਪੱਤਰਕਾਰ, ਇੱਧਰ ਉੱਧਰ ਵੀ ਜਾਣਾ ਪੈਂਦਾ ਮੈਨੂੰ, ਉਹਦਾ ਚੰਡੀਗੜ੍ਹ ਗਿਆ ਰਿਹਾ, ਅੱਜ ਮੈਂ 7:15 ਹੀ ਆਇਆ ਤੇ ਮੈਨੂੰ ਡਰ ਵੀ ਲੱਗਾ ਹੋਇਆ ਕਿ ਮੈਂ ਟਾਈਮ ਤੇ ਪਹੁੰਚ ਜਾਵਾਂ, ਕਿਉਂਕਿ ਇਹਨਾਂ ਦੀ ਅਕੀਦਤ, ਇਹਨਾਂ ਦੀ ਦਿਆਨਤਦਾਰੀ, ਇਮਾਨਦਾਰੀ, ਇਹਨਾਂ ਦੀ ਇਬਾਦਤ ਤੋਂ ਤਾਂ ਮੈਂ ਕਾਇਲ ਹਾਂ, ਮੈਂ ਸਜਦਾ ਕਰਦਾ ਇਹਨਾਂ ਲੋਕਾਂ ਨੂੰ। ਬਾਬਾ ਜੀ, ਬਾਬਾ ਸੋਹਣ ਸਿੰਘ ਭਕਨਾ ਹਰੀ ਔਰ ਉਸ ਪਾਰਟੀ ਦੇ ਆਖਰੀ ਚਿਰਾਗ ਬਾਬਾ ਬਿਲਗਾ ਜੀ ਨੂੰ ਮੈਂ ਯਾਦ ਕੀਤਾ, ਜਿਵੇਂ ਬਾਬਾ ਭਗਤ ਸਿੰਘ ਬਿਲਗਾ ਜੀ ਹੋਈ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਵੀ ਰਹੇ ਤੇ ਰਹਿੰਦੇ ਰਹੇ ਉਹ, ਮੈਂ ਉਹਨਾਂ ਦੀ ਬੜੀ ਸੇਵਾ ਕੀਤੀ, ਉਹਨਾਂ ਦਾ ਉਹਨਾਂ ਦੇ ਮੁਨਸ਼ੀ ਦੇ ਤੌਰ ਦੇ ਉੱਤੇ ਲਿਆ, ਉਹਨਾਂ ਦੀਆਂ ਲਿਖਤਾਂ, ਉਹਨਾਂ ਨੇ ਗਦਰ ਪਾਰਟੀ ਦੀ ਹਿਸਟਰੀ ਲਿਖੀ, ਉਹਨਾਂ ਨੇ ਆਪਣੇ ਪਿੰਡ ਦੀ ਹਿਸਟਰੀ ਲਿਖੀ, ਆਪਣੇ ਜੀਵਨ ਸੰਗਰਾਮ ਦੀ ਹਿਸਟਰੀ ਲਿਖੀ, ਜਾਂ ਉਹ ਹਿਸਟਰੀ ਸਾਂਭਦੇ ਸੀਗੇ, ਉਹਨਾਂ ਦੀ ਬੜੀ ਕੰਟਰੀਬਿਊਸ਼ਨ ਆ ਗਦਰ ਪਾਰਟੀ ਦੇ ਉਹ ਕੁਛ ਡਾਕੂਮੈਂਟਸ ਸਾਂਭਣ ਦੀ, ਜਿਹੜੇ ਅੱਜ ਦੇਸ਼ ਭਗਤ ਯਾਦਗਾਰ ਹਾਲ ਚ ਪਏ ਨੇ, ਜਿਹਦੇ ਤੋਂ ਬਹੁਤ ਸਾਰੇ ਲੋਕ ਰਿਸਰਚ ਕਰ ਰਹੇ ਨੇ, ਜਾਂ ਗੁਰਚਰਨ ਸਿੰਘ ਸਹਿਸਰਾ ਹੋਰਾਂ ਕੋਲੋਂ ਹਿਸਟਰੀ ਲਿਖਾਉਣ ਦੀਆਂ ਗੱਲਾਂ, ਜਾਂ ਕਾਮਰੇਡ ਚੈਨ ਸਿੰਘ ਚੈਨ ਹੋਰਾਂ ਕੋਲੋਂ ਕਿਰਤੀ ਪਾਰਟੀ ਦੀ ਹਿਸਟਰੀ ਲਿਖਾਉਣ ਦੀਆਂ ਗੱਲਾਂ, ਚੈਂਚਲ ਸਿੰਘ ਬਾਬਕ ਹੋਰਾਂ ਤੋਂ, ਜਾਂ ਹੋਰ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਨੂੰ ਪ੍ਰੇਰਿਤ ਕਰਦੇ ਸੀਗੇ, ਉਹਨਾਂ ਦੇ ਕੋਲੋਂ ਕੰਮ ਕਰਵਾਉਣ ਦੀਆਂ ਗੱਲਾਂ, ਤੋ ਬਹੁਤ ਉਹ ਸਾਰੇ ਇਹਨਾਂ ਲੋਕਾਂ ਦੇ ਨਾਲ ਵਿਚਰਨਾ, ਇਹਨਾਂ ਲੋਕਾਂ ਦੇ ਨਾਲ ਰਹਿਣਾ, ਇਹਨਾਂ ਲੋਕਾਂ ਦੇ ਅਕੀਦਿਆਂ ਚ, ਕਦਮਾਂ ਚ, ਚਰਨਾਂ ਦੇ ਵਿੱਚ ਜਦੋਂ ਤੁਸੀਂ ਬੈਠਦੇ ਸੀ ਅਸੀਂ, ਤਾਂ ਉਹ ਸਾਰੀ ਹਿਸਟਰੀ ਫਿਰ ਐਂ ਲੱਗਦਾ ਸੀ ਜਿਵੇਂ ਅਸੀਂ ਪਿੰਡੇ ਤੇ ਹੰਡਾਰ। ਮਸਲਨ ਮੈਂ ਅਕਾਦਮਿਕ ਖੇਤਰ ਦਾ ਬੰਦਾ ਨਹੀਂ ਹਾਂ, ਮੈਂ ਤਾਂ ਪੱਤਰਕਾਰ ਹਾਂ ਤੇ ਮੈਂ ਲਿਖਕ ਹਾਂ। ਮੈਂ ਇਹ ਦੇਖ ਰਿਹਾ ਸੀ ਕਿ ਬਾਬਾ ਸੋਹਣ ਸਿੰਘ ਭਕਨਾ ਜੀ ਹੋਰਾਂ ਤੇ ਜੇ ਅਸੀਂ ਇਹ ਸਾਰੇ ਖੇਤੀ ਸੰਕਟ, ਐਗਰੀਰੀਅਨ ਕ੍ਰਾਈਸਿਸ, ਦੇਖੋ ਜਦੋਂ ਅਸੀਂ ਇਹਨੂੰ, ਇਟਸ ਨੋਟ ਓਨਲੀ ਇਕਨੋਮਿਕ ਕ੍ਰਾਈਸਿਸ, ਇਹ ਸਾਨੂੰ ਪਤਾ ਹੋਣਾ ਚਾਹੀਦਾ ਆ, ਐਗਰੇਰੀਅਨ ਕ੍ਰਾਈਸਿਸ ਇਕਨੋਮਿਕ ਕ੍ਰਾਈਸਿਸ ਨਹੀਂ ਹੈ। ਪਹਿਲੀ ਗੱਲ ਬਹੁਤ ਮਹੱਤਵਪੂਰਨ ਨੁਕਤਾ ਆ, ਮੈਂ ਇਹਦੇ ਤੇ ਗੱਲਾਂ ਕਰਾਂਗਾ ਤੁਹਾਡੇ ਦੇ ਨਾਲ। ਐਗਰੇਰੀਅਨ ਅਸੀਂ 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 ਪੰਜਾਬੀਆਂ ਨੇ ਲੁਕਾਈ ਦਾ ਢਿੱਡ ਭਰਨ ਲਈ ਆਪਣਾ ਪੰਜਾਬ ਦਾ ਮਨ ਬੰਜਰ ਕਰ, ਅਸੀਂ ਕੈਂਸਰ ਪੱਟੀ ਕ੍ਰੀਏਟ ਕਰ ਲਈ, ਅਸੀਂ ਪੈਰਲਾਈਜ਼ ਪੱਟੀ ਕ੍ਰੀਏਟ ਕਰ ਲਈ, ਅਸੀਂ ਮੰਦ ਬੁੱਧੀ ਬੱਚਿਆਂ ਦੀ ਪੱਟੀ ਕ੍ਰੀਏਟ ਕਰ ਲਈ, ਅਸੀਂ ਕੀ ਤੋਂ ਕੀ ਨਹੀਂ ਹੋ ਗਿਆ। 80 ਜ਼ੋਨ ਨੇ ਪੰਜਾਬ ਦੇ, ਜਿਹੜੇ ਡਾਰਕ ਜ਼ੋਨ ਨੇ ਗਰਾਊਂਡ ਵਾਟਰ ਲੈਵਲ ਦੇ, ਸੀਰੋ ਵਾਲ ਦੇ ਏਰੀਏ 'ਚ ਜਿੱਥੇ ਸੀਰਾਂ ਫੁੱਟਦੀਆਂ ਹੁੰਦੀਆਂ ਸੀਗੀਆਂ। ਮੈਂ ਬਲਵੀਰ ਮਾਧਵਪੁਰੀ ਹੋਣਾ ਦਾ, ਤੁਸੀਂ ਛਾਂਗਿਆ ਰੁੱਖ ਬਾਰੇ ਵੀ ਗੱਲਾਂ ਕੀਤੀਆਂ ਸੀ ਇਸੇ ਮੰਚ ਤੋਂ, ਜਿੱਥੇ ਸੀਰਾਂ ਫੁੱਟਦੀਆਂ ਸੀ, ਲੋਕ ਇਸ ਤਰੀਕੇ ਰੇਤ ਪਰੇ ਕਰਦੇ ਸੀ ਤੇ ਪਾਣੀ ਦਾ ਮੁੱਖ ਭਰ ਕੇ ਪੀ ਲੈਂਦੇ ਸੀ, 200 ਫੁੱਟ ਤੱਕ ਪਾਣੀ ਥੱਲੇ ਚਲਿਆ ਗਿਆ ਸੀਰੋ ਵਾਲ ਦਾ ਏਰੀਏ ਤੱਕ। ਸੋ 80% ਡਾਰਕ ਜ਼ੋਨ, ਰੈੱਡ ਤੋਂ ਵੀ ਥੱਲੇ ਜ਼ੋਨ ਗਰਾਊਂਡ ਵਾਟਰ ਲੈਵਲ ਦੇ, ਤਾਂ ਉਹ ਫਿਰ ਸਾਰਾ ਕੀ ਸੀ। ਤਾਂ ਫਿਰ ਮੈਂ ਦੇਖਦਾ ਕਿ ਬਾਬਾ ਸੋਹਣ ਸਿੰਘ ਭਕਨਾ ਨੂੰ ਜਦੋਂ ਅਸੀਂ ਅੰਡਰਸਟੈਂਡ ਕਰਨਾ ਹੈ, ਉਹਨਾਂ ਦੀਆਂ ਕੋਈ ਲਿਖਤਾਂ ਨਹੀਂ ਹੈ ਕਿ ਕਿਸਾਨੀ ਸੰਕਟ ਕੀ ਹੈ, ਇਹਨਾਂ ਨੇ ਕਿੰਨਾ ਕੀਆ, ਇਹਨਾਂ ਇਹ ਕੀਆ, ਉਹਨਾਂ ਦੀ ਜ਼ਿੰਦਗੀ ਹੀ ਤੁਹਾਨੂੰ ਦੱਸ ਦਿੰਦੀ ਕਿਸਾਨੀ ਸੰਕਟ ਕੀ ਆ, ਐਗਰੇਰੀਅਨ ਕ੍ਰਾਈਸਿਸ ਜਿਹੜਾ ਹੈ ਉਹ ਹੈ ਕੀ ਆ, ਐਕਚੁਅਲ ਦੇ ਵਿੱਚ ਕੀ ਆ, ਉਹਦੀ ਹਿਸਟੋਰੀਕਲ ਬੈਕਗਰਾਉਂਡ ਕੀ ਆ। ਬਾਬਾ ਜੀ ਖੁਦ ਕਿਸਾਨ, ਕਿਸਾਨ ਪਰਿਵਾਰਾਂ ਚੋਂ, ਔਰ ਉਹ ਸਾਰੇ ਕਿਸਾਨ ਪਰਿਵਾਰ ਕਿੱਥੇ ਜਾ ਰਹੇ ਆ ਜੀ, ਅਮਰੀਕਾ ਕਨੇਡਾ ਜਾ ਰਹੇ ਨੇ। ਕਿਹੜੇ ਪੀਰੀਅਡ ਤੇ ਜਾ ਰਹੇ ਆ ਜੀ, 19ਵੀਂ ਸ਼ਤਾਬਦੀ ਦੇ ਪਹਿਲੇ ਦਹਾਕਿਆਂ ਦੇ ਵਿੱਚ ਜਾ ਰਹੇ ਆ, 1900 ਤੋਂ ਲੈ ਕੇ, ਉਹ ਸਾਰੀ ਦੀ ਸਾਰੀ ਜਿਹੜੀ ਗੱਲ ਸਾਨੂੰ ਸਾਰੀ ਸਮਝ ਲੱਗ ਜਾਂਦੀ ਆ, ਉੱਥੇ ਕਿਹੜੀ ਕਿੱਡੀ ਵੱਡੀ ਤਾਦਾਦ ਦੇ ਵਿੱਚ ਉਹ ਲੇਬਰ ਹੈ, ਜਿਹੜੀ ਫਿਰ ਐਸੋਸੀਏਸ਼ਨ ਪੈਕ
पैसिफिक ऑफ हिंदुस्तान कॉस्ट एसोसिएशन बन गया, पैसिफिक कॉस्ट हिंदुस्तान एसोसिएशन, जिड़ी बाद दे विच ये 1913 दी गल्लां ने, बाबा सोहन सिंह भकना होरी सरगर्म हो जाते हैं, तारक नाथ दास होरी सरगर्म हो जाते हैं, पिछों लाला हरदयाल होरी चले जाते हैं, बाद दे विच मिलते हैं इन्हां दे नाल करतार सिंह सराभा होरी, और सारे दे सारा जिस वेले ओह सारी फिर उही जदों गदर अखबार कढ़िया जाता 1 नवंबर 1913 नूं, तां उही उही एसोसीएशन जिहड़ी है वो गदर पार्टी दे नां दे उत्ते जाने जाते हैं। बाबा जी एसोसीएशन दे मोढ़ी प्रधान सन, बाबा जी गदर पार्टी दे मोढ़ी प्रधान सन, तां ओ बाबा जी का जीवन दसदा कि किसानी इधर किन्ने संकट च होएगी कि इन्हां लोकां नूं लेबर करने वास्ते, जिवें बाबा जी मिल च लेबर करते सीगे, होर बहुत सारे लोग मिलां दे विच उस वेले ओह काम करते सीगे, असीं हिस्ट्री वाले सारे जाणदे हाँ, असीं लिटरेचर वाले भी सारे जाणदे हाँ उत्थे, तां ओह किसानी दी दुर्दशा जिहड़ी इत्थे 1849 च अंग्रेज आ जांदा आ, ते ओह सारे दे सारे संकट जिहड़े ने तुहाडे सामणे तुहानूं ओह दस दिंदे ने कि भाई फिर किसानी ਕਿਵੇਂ ਕਰਜ਼ੀਆਂ 'ਚ ਸੀ। ਜੇ ਮੈਂ ਬਾਬਾ ਬਲਗਾ ਜੀ ਦੀ ਗੱਲ ਕੀਤੀ ਹੈ ਤਾਂ ਉਹਨਾਂ ਦਾ ਵੀ ਉਹ ਜਿਹੜੇ ਸਾਰੇ ਹਾਲਾਤ ਸੀਗੇ, ਤੋ ਉਹ ਸੰਕਟ 'ਚ ਘਿਰੀ ਹੋਈ ਕਿਸਾਨੀ ਫਿਰ ਕਿਸ ਤਰੀਕੇ ਦੇ ਨਾਲ ਅਮਰੀਕਾ ਜਾਂਦੀ ਹੈ, ਅਮਰੀਕਾ ਦੇ ਵਿੱਚ ਉਹ ਲੇਬਰ ਦਾ ਕੰਮ ਕਰਦੀ ਹੈ, ਜਾਗਦੇ ਨੇ, ਆਜ਼ਾਦੀ ਦਾ ਸੁਪਨਾ ਆਉਂਦਾ ਹੈ, ਗਦਰ ਪਾਰਟੀ ਬਣਾਈ ਜਾਂਦੀ ਹੈ ਔਰ ਸੰਘਰਸ਼ ਆਰੰਭ ਦਿੱਤੇ ਜਾਂਦੇ ਨੇ। ਬਾਬਾ ਜੀ ਮੋਢੀਆਂ ਦੇ ਵਿੱਚੋਂ ਹੈ ਲੋ, ਫਿਰ ਕਿਵੇਂ ਸਾਰੇ ਦਾ ਸਾਰਾ ਜੰਗ ਦਾ ਮਾਹੌਲ ਬਣਨਾ, ਗਦਰੀਆਂ ਦਾ ਇੱਧਰ ਆਉਣਾ, ਬਾਬਾ ਜੀ ਹੁਣਾਂ ਦਾ ਜਾਂ ਲਾਲਾ ਹਰਦਿਆਲ ਹੋਰਾਂ ਦੀਆਂ ਲੜਾਈਆਂ ਨੇ, ਬਾਬਾ ਬੰਕੂ ਰਾਮ ਮੁੱਕੋਵਾਲ ਹੋਰਾਂ ਦੀਆਂ ਲੜਾਈਆਂ ਨੇ, ਹਥਿਆਰਾਂ ਵਾਲੇ ਜਹਾਜ਼ ਦੀਆਂ ਲੜਾਈਆਂ ਨੇ, ਉਹ ਬੜੀ ਲੰਬੀ ਹਿਸਟਰੀ ਆਪਾਂ ਗਦਰ ਪਾਰਟੀ ਦੀ ਹਿਸਟਰੀ ਦੇ ਵਿੱਚ ਦੇ ਨਾਮ ਵੀ ਲਈਏ, ਪਰ ਜਦੋਂ ਬਾਬਾ ਭਕਨਾ ਹੋਰਾਂ ਨੂੰ ਯਾਦ ਕਰਨਾ ਹੈ ਤੇ ਉਸ ਹਿਸਟਰੀ ਦੇ ਹਵਾਲਿਆਂ ਤੋਂ ਬਗੈਰ ਸ਼ਾਇਦ ਅਸੀਂ ਉਹ ਗੱਲਾਂ ਨਹੀਂ ਕਰ ਸਕਦੇ। ਪਰ ਜਿਸ ਵੇਲੇ ਫਿਰ ਬਾਬਾ ਜੀ ਨੂੰ 16 ਸਾਲ ਦੀ ਕੈਦ ਹੁੰਦੀ ਹੈ ਇੱਧਰ ਅੰਡੇਮਾਨ ਜੇਲ੍ਹ ਦੀਆਂ ਜਾਤਨਾਮਾ ਨੇ, 16 ਸਾਲਾਂ ਬਾਅਦ ਰਿਹਾਈ ਹੈ, ਉਸ ਤੋਂ ਬਾਅਦ ਫਿਰ ਕਿਸਾਨ ਸਭਾਵਾਂ ਬਣਦੀਆਂ ਨੇ, ਕਿਸਾਨ ਸਭਾਵਾਂ ਦੀਆਂ ਚੰਗੀਆਂ ਲੜਾਈਆਂ ਨੇ। ਮੈਂ ਤੌਹੀਦ ਜੀ ਨੂੰ ਅੱਜ ਇੱਕ ਫੋਟੋ ਭੇਜੀ ਸੀ, 5 ਬਾਬੇ ਨੇ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ, 1938 ਦੀ ਖੁਸ਼ ਐਸੀ ਮੋਰਚਾ ਕਿਸਾਨ ਮੋਰਚਾ ਹੈ, ਔਰ ਬਾਬਿਆਂ ਦੇ ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਲੱਗੀਆਂ ਹੋਈਆਂ ਨੇ। 5 ਬਾਬੇ, ਬਾਬਾ ਕਰਮ ਸਿੰਘ ਚੀਮਾ, ਬਾਬਾ ਸੋਹਣ ਸਿੰਘ ਭਕਨਾ, ਫੇਰੂ ਮਾਨ ਹੋਰੀ, ਔਰ ਦੋ ਹੋਰ ਉਹ ਕਿਵੇਂ ਬੁਲੰਦ ਕੱਦ ਉਹਨਾਂ ਦੇ, ਔਰ ਕਿਵੇਂ ਚਿਹਰਿਆਂ ਤੇ ਰੌਣਕਾਂ ਨੇ, ਔਰ ਉਹ ਸਾਰੇ ਦੇ ਸਾਰੇ ਸੰਘਰਸ਼ਾਂ ਤੋਂ ਬਾਅਦ ਦੇ ਵਿੱਚ ਜਿਸ ਵੇਲੇ ਬਾਬਾ ਜੀ ਹੋਰੀ ਕਮਿਊਨਿਸਟ ਪਾਰਟੀ ਦੇ ਨਾਲ ਜੁੜ ਜਾਂਦੇ ਨੇ, ਤਾਂ ਉਹਨਾਂ ਦੇ ਕਿਸਾਨੀ ਘੋਲਾਂ ਦੀਆਂ ਜਿਹੜੀਆਂ ਕਥਾਵਾਂ ਨੇ, ਜਿਹੜਾ ਉਹਨਾਂ ਦਾ ਇਤਿਹਾਸ ਹੈ, ਅਸੀਂ ਅੱਜ ਵੀ ਉਹਨਾਂ ਲੋਕਾਂ ਤੋਂ ਪ੍ਰੇਰਣਾ। ਇਸ ਵਾਰ ਬੜੀ ਖੂਬਸੂਰਤ ਗੱਲ ਸੀ ਕਿਉਂਕਿ ਕਿਸਾਨੀ ਸੰਘਰਸ਼ ਭਖਿਆ ਹੋਇਆ ਸੀਗਾ ਪੰਜਾਬ ਦੇ ਵਿੱਚ, ਤਾਂ 1 ਨਵੰਬਰ ਨੂੰ ਜਿਹੜਾ ਲਗਾਤਾਰ ਸਾਲ ਬਾਅਦ ਗਦਰੀ ਬਾਬਿਆਂ ਦਾ ਮੇਲਾ ਲੱਗਦਾ ਹੈ, ਦੇਸ਼ ਭਗਤ ਯਾਦਗਾਰ ਕਮੇਟੀ ਲਾਉਂਦੀ ਹੈ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ 'ਚ ਲੱਗਦਾ ਹੈ, ਬਹੁਤ ਭਰਪੂਰ ਪ੍ਰਗਤੀਸ਼ੀਲ ਵਿਚਾਰਾਂ ਵਾਲਾ ਮੇਲਾ ਗਦਰੀ ਬਾਬਿਆਂ ਦੀ ਯਾਦ ਦੇ ਵਿੱਚੋਂ 2-3 ਦਹਾਕੇ ਹੋ ਗਏ ਨੇ ਲਗਾਤਾਰ ਲੱਗਦਾ ਆਉਂਦਾ, ਸਾਰੇ ਦੋਸਤ ਜਾਣਦੇ ਨੇ। ਤਾਂ ਉਹਨਾਂ ਬਾਬਿਆਂ ਨੂੰ ਯਾਦ ਕੀਤਾ ਗਿਆ, 1938 ਦੇ ਮੋਰਚੇ ਨੂੰ ਸੈਲਿਊਟ ਕੀਤਾ ਗਿਆ ਕਿ ਅਸੀਂ ਤੁਹਾਡੇ ਤੋਂ ਪ੍ਰੇਰਣਾ ਲੈ ਕੇ, ਦੈਟਸ ਵਾਈ ਆਈ ਥਿੰਕ ਸ਼ਾਇਦ ਤੌਹੀਦ ਹੋਰਾਂ ਦੇ ਮਨ 'ਚ ਵੀ ਉਹ ਗੱਲਾਂ ਹੋਣਗੀਆਂ ਕਿ ਇਹਨਾਂ ਨੇ ਜਿਹੜਾ ਕਿਸਾਨੀ ਲਈ ਸੰਘਰਸ਼ ਨੇ, ਮੈਂ ਕਹਿ ਰਿਹਾ ਸੀਗਾ ਕਿ ਬਾਬਾ ਜੀ ਕਿਸਾਨੀ ਦੇ ਵਿੱਚੋਂ ਉਹ ਇਸ ਮਰਹਲੇ 'ਚੋਂ ਕਿਸਾਨ ਜਿਹੜੇ ਨੇ ਉਹ ਜਾਂਦੇ ਨੇ ਅਮਰੀਕਾ ਕੈਨੇਡਾ ਦੀਆਂ ਧਰਤੀਆਂ ਦੇ ਉੱਤੇ ਲੇਬਰ ਕਰਨ ਵਾਸਤੇ, ਫਿਰ ਜੇ ਆਉਂਦੇ ਨੇ ਅਸੀਂ 1919 ਦਾ ਪੰਜਾਬ ਦੇਖਦੇ ਹਾਂ, ਅਸੀਂ ਉਸ ਤੋਂ ਬਾਅਦ ਦਾ ਪੰਜਾਬ ਦੇਖਦੇ ਹਾਂ, ਤਾਂ ਫਿਰ ਆਣ ਕੇ 1938 ਦੇ ਵਿੱਚ ਜੇ ਗ੍ਰਿਫਤਾਰੀਆਂ ਦਿੰਦੇ ਨੇ ਬਾਬਾ ਸੋਹਣ ਸਿੰਘ ਭਕਨਾ ਤੇ ਉਹਨਾਂ ਦੇ ਹੋਰ ਸਾਥੀ ਜਿਹੜੇ ਨੇ ਕਿਸਾਨ ਆਗੂ, ਤਾਂ ਉਹ ਸਾਰੀ ਦੀ ਸਾਰੀ ਅਸੀਂ ਸੰਕਟ ਕਿਸਾਨੀ ਦਾ ਇੱਥੇ ਹੈ ਕੀ ਸੀ, ਜਾਂ ਫਿਰ ਉਸ ਤੋਂ ਪਹਿਲਾਂ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ 1907 ਤੋਂ 1909 ਤੱਕ ਚੱਲਦੀ ਹੈ, ਪਗੜੀ ਸੰਭਾਲ ਜੱਟਾ ਮੂਵਮੈਂਟ, ਅਸੀਂ ਬਾਂਕੇ ਦਿਆਲ ਹੋਰਾਂ ਨੂੰ ਯਾਦ ਕਰਦੇ ਹਾਂ, ਟੂਪੀ ਅੰਬਾ ਪ੍ਰਸਾਦ ਹੋਰਾਂ ਨੂੰ ਯਾਦ ਕਰਦੇ ਹਾਂ, ਦੋ ਉਹਨਾਂ ਤੋਂ ਵੱਡੇ ਨਾਂ ਲਾਲਾ ਲਾਜਪਤ ਰਾਏ ਜੀ ਨੂੰ ਯਾਦ ਕਰਦੇ ਹਾਂ, ਅਸੀਂ ਚਾਚਾ ਅਜੀਤ ਸਿੰਘ ਹੋਰਾਂ ਨੂੰ ਯਾਦ ਕਰਦੇ ਹਾਂ, ਅਸੀਂ ਸਵਰਨ ਸਿੰਘ ਹੋਰਾਂ ਨੂੰ
ਯਾਦ ਕਰਦੇ ਹਾਂ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਪਿਤਾ ਜੀ ਅਰਜਨ ਸਿੰਘ ਹੋਰਾਂ ਨੂੰ ਯਾਦ ਕਰਦੇ ਹਾਂ ਉਸ ਵੇਲੇ ਦੇ ਵੱਡੇ ਵੱਡੇ ਕਿਸਾਨ ਆਗੂ ਪਗੜੀ ਸੰਭਾਲ ਦਿੱਤਾ ਪਗੜੀ ਸੰਭਾਲ ਹੋਏ ਉਸ ਦੌਰ ਨੂੰ ਜਦੋਂ ਯਾਦ ਕਰਦੇ ਹਾਂ ਤਾਂ ਜਿਹੜੇ ਜਿਹੜੇ ਦੋ ਕਾਲੇ ਕਾਨੂੰਨ ਉਸ ਵੇਲੇ ਦੀ ਅੰਗਰੇਜ਼ ਸਰਕਾਰ ਲੈ ਕੇ ਆਈ ਸੀ ਜਾਂ ਫਿਰ ਜਿਵੇਂ ਉਹਨਾਂ ਨੇ ਯੂਰੋਪੀਅਨ ਤਰਜ਼ ਦੇ ਉੱਤੇ 12 ਵਸਾਈਆਂ ਸੀ ਜਿਵੇਂ 10 ਲੱਖ ਏਕੜ ਦੇ ਕਰੀਬ ਸਾਡੇ ਲੋਕਾਂ ਨੇ ਉਹ ਸਾਰੀ ਵਾਹੀ ਬੀਜੀ ਜੋ ਵੀ ਸੀ ਅਸੀਂ 12 ਦੇ ਵਿੱਚ ਜਿਵੇਂ ਇਹਨਾਂ ਦਾ ਕੈਟੇਗਰਾਈਜ਼ ਕਰਕੇ ਅੰਗਰੇਜ਼ ਨੇ ਉੱਥੇ ਵਸਾਏ ਹੋਏ ਸੀਗੇ ਆਮ ਕਿਸਾਨ ਨੂੰ ਥੋੜੇ ਮਰੱਬੇ ਇਹਨਾਂ ਦੇ ਫੇਵਰ ਵਾਲਿਆਂ ਨੂੰ ਜ਼ਿਆਦੇ ਜਿਹੜੇ ਇਹਨਾਂ ਦੇ ਟੋਡੀ ਇਹਨਾਂ ਦੇ ਪਾਲੇ ਹੋਏ ਲੋਕ ਹੁੰਦੇ ਸੀ ਉਹਨਾਂ ਨੂੰ 10 ਗੁਣਾ ਜ਼ਿਆਦਾ ਮਰੱਬੇ ਦਿੱਤੇ ਹੋਏ ਸੀ ਫਿਰ ਅਸੀਂ ਜਿਹੜੀਆਂ ਅੰਗਰੇਜ਼ ਨੇ 1857 ਤੋਂ ਬਾਅਦ 1859 ਤੱਕ ਹੀ ਨਹਿਰਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਉਹ ਆਪਣੇ ਬਸਤੀ ਵਾਦੀ ਉੱਧਰ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਦੇ ਕਾਰਖਾਨਿਆਂ ਨੂੰ ਉਹਨਾਂ ਦੇ ਲੋੜੀਂਦਾ ਕਪਾਹ ਪੈਦਾ ਕੀਤੀ ਜਾ ਸਕੇ ਪਟਸਨ ਪੈਦਾ ਕੀਤੀ ਜਾ ਸਕੇ ਕਣਕ ਪੈਦਾ ਕੀਤੀ ਜਾ ਸਕੇ ਇਹ ਸਾਰੀ ਦੀ ਸਾਰੀ ਹਿਸਟਰੀ ਅਸੀਂ ਸਾਰੇ ਲੋਕ ਜਾਣਦੇ ਹਾਂ ਅੱਜ ਜਦੋਂ ਕਿਸਾਨੀ ਸੰਕਟ ਸਾਡੇ ਸਾਹਮਣੇ ਆਇਆ ਹੋਇਆ ਹੈ ਕਿਸਾਨ ਸੰਘਰਸ਼ ਸਾਡੇ ਸਾਹਮਣੇ ਆਇਆ ਹੋਇਆ ਹੈ ਤਾਂ ਉਹ ਗੱਲਾਂ ਫਿਰ ਸਾਨੂੰ ਯਾਦ ਆਉਂਦੀਆਂ ਨੇ ਅਸੀਂ ਹਿਸਟਰੀ ਤੋਂ ਪ੍ਰੇਰਣਾ ਵੀ ਲੈਣੀ ਹੁੰਦੀ ਆ ਹਿਸਟਰੀ ਤੋਂ ਅਸੀਂ ਕੁਝ ਸਬਕ ਵੀ ਸਿੱਖਣੇ ਹੁੰਦੇ ਆ ਔਰ ਹਿਸਟਰੀ ਸਾਨੂੰ ਦੱਸਦੀ ਆ ਕਿ ਯਾਰ ਇਹਨਾਂ ਮਰਹਲਿਆਂ ਦੇ ਵਿੱਚ ਕੌਣ ਕੌਣ ਕਿੱਥੇ ਕਿੱਥੇ ਖੜਿਆ ਅਸੀਂ ਮੱਤੇਵਾਲ ਨੂੰ ਯਾਦ ਕਰਦੇ ਹਾਂ ਕਿਸਾਨੀ ਸੰਘਰਸ਼ਾਂ ਦੀ ਗੱਲ ਕਰਦੇ ਹਾਂ 1938 ਦੀਆਂ ਗੱਲ ਕਰਦੇ ਹਾਂ ਤਾਂ ਬਾਬਾ ਬੁੱਢਾ ਸਿੰਘ ਹੋਰਾਂ ਨੂੰ ਲੋਕ ਮੇਰੇ ਖਿਆਲ ਦੇ ਨਾਲ 20 ਸਤੰਬਰ ਨੂੰ ਉਹਨਾਂ ਨੂੰ ਯਾਦ ਕੀਤਾ ਗਿਆ ਉਹਨਾਂ ਦੇ ਦਿਨ ਦੇ ਉੱਤੇ ਉਹਨਾਂ ਦਾ ਜਨਮ ਦਿਨ ਸ਼ਾਇਦ ਜੇ ਮੈਂ ਭੁੱਲਦਾ ਨਹੀਂ ਤਾਂ ਉਹਨਾਂ ਦੀਆਂ ਲੜਾਈਆਂ ਨੂੰ ਯਾਦ ਕੀਤਾ ਗਿਆ ਕਿਸਾਨੀ ਘੋਲਾਂ ਦੀਆਂ ਬਾਅਦ ਦੇ ਘੋਲਾਂ ਦੀਆਂ ਅਸੀਂ ਤਲੰਗਾਨਾ ਦੀਆਂ ਲੋਕੀ ਯਾਦ ਕਰਦੇ ਨੇ ਨੈਕਸਟ ਰਾਈਟ ਮੂਵਮੈਂਟ ਵੇਲੇ ਦੀਆਂ ਲੋਕ ਯਾਦ ਕਰਦੇ ਨੇ ਕਿਸਾਨੀ ਸੰਕਟ ਦੀਆਂ ਲੋਕ ਯਾਦ ਕਰਦੇ ਨੇ ਮੈਂ ਪਾਸ ਯਾਦ ਕਰਦਾ ਜਦੋਂ ਕਹਿੰਦਾ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਝਗੜੇ ਹੋਏ ਸਵਾਦਾਂ ਦੀ ਗੱਲ ਨਹੀਂ ਕਰਾਂਗਾ ਤਾਂ ਉਹ 1907 ਵਾਲੀ ਮੂਵਮੈਂਟ ਜਿਹਦੇ ਵਿੱਚ ਫਿਰ ਜਲਾਵਤਨ ਹੁੰਦੇ ਨੇ ਸਾਡੇ ਦੇਸ਼ ਭਗਤ ਲਾਲਾ ਲਾਜਪਤ ਰਾਏ ਜੀ ਨੂੰ ਵੀ ਜਲਾਵਤਨ ਕੀਤਾ ਜਾਂਦਾ ਹੈ ਅਜੀਤ ਸਿੰਘ ਹੋਰਾਂ ਨੂੰ ਵੀ ਜਲਾਵਤਨ ਕੀਤਾ ਜਾਂਦਾ ਹੈ ਔਰ 47 ਵੇਲੇ ਉਹਨਾਂ ਦਾ ਆਉਣਾ ਸੋ ਇਹ ਕੀ ਕਹਾਂਗੇ ਆਪਾਂ ਇਹਨੂੰ ਇੱਕ ਪ੍ਰੋਸੈਸ ਹੈ ਮੈਂ ਜਿਹਨੂੰ ਕਿਹਾ ਸੀਗਾ ਕਿ ਐਗਰੇਰੀਅਨ ਕ੍ਰਾਈਸਿਸ ਜਿਹੜਾ ਹੈ ਇਹ ਇਕਨੋਮਿਕ ਕ੍ਰਾਈਸਿਸ ਨਹੀਂ ਇਕਨੋਮਿਕ ਕ੍ਰਾਈਸਿਸ ਹੈ ਮਤਲਬ ਕੱਲਾ ਇਕਨੋਮਿਕ ਕ੍ਰਾਈਸਿਸ ਨਾਲ ਜਦੋਂ ਇਹਨੂੰ ਸਮਝਦੇ ਆ ਨਾ ਫਿਰ ਕਿਤੇ ਸੰਕਟ ਹੈ ਫਿਰ ਕਿਤੇ ਅਸੀਂ ਮਾਰ ਖਾ ਰਹੇ ਹੁੰਦੇ ਹਾਂ ਮੇਰਾ ਆਪਣਾ ਮੰਨਣਾ ਹੈ ਮਸਲਨ ਜਿਹੜਾ ਹੁਣ ਸੰਘਰਸ਼ ਚੱਲ ਰਿਹਾ ਸਿੰਘੂ ਬਾਰਡਰ ਤੁਸੀਂ ਬਾਰ ਸੁਣ ਰਹੇ ਹੋ ਦੇਖੋ ਬਾਰਡਰਾਂ ਦੇ ਅੰਦਰ ਵੀ ਬਾਰਡਰ ਹੁੰਦੇ ਨੇ ਤੁਸੀਂ ਮੈਸੇਜ ਇਹ ਸਾਡੇ ਕਵੀ ਮਨਮੋਹਨ ਵਰ ਕਵਿਤਾ ਬਾਰਡਰਾਂ ਦੇ ਅੰਦਰ ਵੀ ਬਾਰਡਰ ਦੇ ਮਾਇਨੇ ਚ ਟਿੱਕਰੀ ਕੁੰਡਲੀ ਤੋਂ ਸਾਰੇ ਜਿਹੜੇ ਰਾਜਸਥਾਨ ਵੱਲੋਂ ਆਉਣ ਵਾਲੇ ਤਾਂ ਉੱਥੇ ਇਕੱਲਾ ਸੰਘਰਸ਼ ਕੀਤਾ ਮੈਂ ਉੱਥੇ ਗਿਆ ਲੋਕਾਂ ਰਿਹਾ ਮੈਂ ਉਹ ਸਾਰਾ ਦੇਖ ਲਿਆ ਪੱਤਰਕਾਰ ਦੀਆਂ ਮੇਰੀ ਇੰਟਰਵਿਊ ਸਾਰਾ ਮੈਂ ਜਿਵੇਂ ਦੇਖ ਲਿਆ ਅਸੀਂ ਸਾਰਿਆਂ ਦੇ ਸਮਾਚਾਰ ਖਬਰਾਂ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ ਅਸੀਂ ਜੁੜੇ ਹੋਏ ਹਾਂ ਸਾਰੇ ਸਾਨੂੰ ਕਾਨੂੰਨਾਂ ਦੀ ਵੀ ਸਮਝ ਹੈ ਕੀ ਹੈ ਕਾਰਪੋਰੇਟ ਪਕਸ ਨੇ ਨਹੀਂ ਹੈ ਮੇਰਾ ਇਹ ਮੇਰਾ ਉੱਥੇ ਇਹ ਕੰਸਰਨ ਨਹੀਂ ਬਣਿਆ ਮੇਰਾ ਤੁਹਾਡੇ ਨਾਲ ਗੱਲ ਕਰਦੇ ਹਾਂ ਵੀ ਮੇਰੇ ਮਨ 'ਚ ਆਇਆ ਕਿ ਨਹੀਂ ਯਾਰ ਇਹ ਗੱਲਾਂ ਤਾਂ ਤੁਸੀਂ ਸਾਰੇ ਜਾਣਦੇ ਹੋ ਮੇਰੇ ਤੋਂ ਬਿਹਤਰ ਜਾਣਦੇ ਹੋ ਫੈਕਟ ਐਂਡ ਫਿਗਰਸ ਨੂੰ ਕੁਝ ਲੈ ਵਕੀਲ ਹੋਣਗੇ ਕੁਝ ਹਿਸਟੋਰੀਅਨ ਹੋਣਗੇ ਉਹਨਾਂ ਨੂੰ 1907 ਦੀ ਮੂਵਮੈਂਟ ਦਾ ਹੋਰ ਜ਼ਿਆਦਾ ਗਿਆਨ ਹੋਏਗਾ 38 ਵਾਲੀ ਦਾ ਵੀ ਹੋਏਗਾ ਗਦਰ ਪਾਰਟੀ ਦਾ ਹੋਏਗਾ ਮੈਂ ਤਾਂ ਇੱਕ ਲੇਖਕ ਹਾਂ ਮੈਂ ਕੀ ਦੇਖਦਾ ਮੈਂ ਆਪਣੇ ਜੋ ਪੈਸੇ ਉੱਥੇ ਕਬੀਰ ਕਬੀਰ ਕੋ ਮੈਂ ਸਤਿਗੁਰੂ ਕਬੀਰ ਮੈਂ ਮਹਿਸੂਸ ਕੀਤਾ
ਉਹਨਾਂ ਤੋਂ ਪਹਿਲਾਂ ਹੀ ਬਾਬਾ ਫਰੀਦ ਘੁੰਮ ਰਿਹਾ ਹੈ। ਰੋਟੀ ਮੇਰੀ ਕਾਟ ਦੀ, ਲਾਵਣ ਮੇਰੀ ਭੁੱਖ, ਸਬਰ ਸੰਤੋਖ, ਜਾਂ ਫਿਰ ਫਰੀਦਾ ਵਾਰ ਪਰਾਏ ਵੈਸਣ, ਉੱਥੇ ਫਰੀਦ ਘੁੰਮ ਰਹੇ ਸੀ। ਮੈਨੂੰ ਇਹ ਲੋਕ ਮਿਲ ਜਾਂਦੇ ਨੇ ਜਿੱਥੇ ਫਰੀਦਾ ਪਾਰ ਪਰਾਏ ਵੈਸਣਾ ਸਾਈ ਮੁਝੇ ਨਾ ਦੇ। ਜੇ ਤੂੰ ਐਵੇਂ ਰੱਖ ਸੀ ਤਾਂ ਜਿਉ ਸਰੀਰੋ ਲੇ, ਕਾਇਰ ਤਾਂ ਕਿਤੇ ਨਹੀਂ ਹੈ, ਮੌਤ ਕਬੂਲ ਹੈ। 50 ਤੋਂ ਵੱਧ ਸ਼ਹੀਦ ਹੋ ਗਏ, ਬਾਰ ਪਰਾਏ ਵੈਸਣਾ ਸਾਈ ਮੁਝ, ਪਰਾਏ ਬਾਰ ਨਹੀਂ, ਮੈਂ ਨਹੀਂ ਕਾਇਰ ਤਾਂ ਨਹੀਂ ਮਿਲ ਗਏ ਬਾਬੇ ਤੁਰੇ ਫਿਰ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਔਰ ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛਾੜੈ। ਰਾਜੇ ਮੁਕੱਦਮ ਪੋਲੀਟੀਕਲ ਕਮੈਂਟ, ਗੁਰੂ ਨਾਨਕ ਜੋ ਤੋ ਪ੍ਰੇਮ ਖੇਲਣ ਕਾ ਚਾਓ, ਫਿਰ ਘਰ ਤਲੀ ਗਲੀ ਬੁਰੀ। ਜਿਹੜਾ ਉਹ ਜਿਹਾ ਗਿਆ, ਜਿਹੜਾ ਸਿਰ ਲੈ ਕੇ ਗਿਆ ਆਪਣਾ, ਉਹ ਨਹੀਂ ਲੱਭਿਆ, ਸਿਰ ਲੈ ਕੇ ਨਹੀਂ ਜਾਣਾ। ਉਹ ਅਹੰਕਾਰ, ਤੂੰ ਮੈਂ ਨਹੀਂ ਹੈ, ਮੈਂ ਨਹੀਂ ਉਸ ਸੰਘਰਸ਼। ਬਾਬਾ ਭਗਤਾਂ ਤੁਰਿਆ ਫਿਰਦਾ ਸੀ, ਛੇ ਫੁੱਟ ਤੋਂ ਉੱਚਾ ਕੱਦ, ਕੜੀਆਂ ਬੇੜੀਆਂ ਲੱਗੀਆਂ ਹੋਈਆਂ ਨੇ, ਖੜੇ ਲੜਾਂਗੇ, ਕੋਈ ਖੌਫ ਨਹੀਂ, ਕੋਈ ਕਰੁਣਾ ਨਹੀਂ, ਕੋਈ ਭੈਣ, ਕੋਈ ਭਾਵ ਨਹੀਂ, ਚਿਹਰੇ ਤੇ ਲਾਲੀ ਹੈ ਔਰ ਕੁਰਬਾਨੀ ਦਾ ਜਜ਼ਬਾ ਹੈ, ਸੰਘਰਸ਼ ਦਾ ਜਜ਼ਬਾ ਹੈ। ਤੇ ਉਸ ਸੱਚੇ ਪਾਤਸ਼ਾਹ ਚ ਵਿਸ਼ਵਾਸ, ਉਸੇ ਤਰੀਕੇ ਇਸ਼ਨਾਨ ਕਰ ਰਿਹਾ, ਕੋਈ ਠੰਡ ਠੰਡ ਹੈ ਠੰਡ ਹੈ ਉੱਥੇ। ਔਰ ਲੰਗਰ ਦਾ ਮਤਲਬ ਰੋਟੀ ਪਾਣੀ ਛਕਣਾ ਨਹੀਂ, ਸਹਿਚਾਰ। ਜਦੋਂ ਬਾਬਿਆਂ ਨੇ ਪਾਂਤ ਤੋੜੀ ਸੀ, ਪਾਂਤ ਕਤਾਰ, ਜਾਤ ਪਾਂਤ ਜਾਤੀ ਦੀ ਕਤਾਰ, ਜਾਤ ਪਾਤ ਜਾਤਾਂ ਦੀ ਕਤਾਰ ਲੱਗ ਗਈ, ਫੇਰ ਵੰਡ ਪ੍ਰਸ਼ਾਦੇ ਇਹ ਜਾਤੀ। ਜਦੋਂ ਬਾਬਿਆਂ ਨੇ ਪਾਂਤ ਤੋੜੀ, ਪਾਂਤ ਗਦਰ ਪਾਰਟੀ ਜਿਹਦੇ ਬਾਨੀ ਬਾਬਾ ਸੋਹਣ ਸਿੰਘ ਭਗਤ, ਧਰਮ ਸਾਡਾ ਸਾਰਿਆਂ ਦਾ, ਚਾਰ ਵੰਡ ਰਹਿਣੀ ਨਾ ਚੂੜੇ ਜਮਾਲ, ਇਹ 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 ਗਦਰ ਗਦਰ ਸਾਡਾ, ਜਾਤ ਸਾਡਾ, ਧਰਮ ਸਾਡਾ, ਸੰਘਰਸ਼ ਸਾਡਾ, ਅਕੀਦਾ ਗਦਰ। ਔਰ ਗਦਰ ਦੀ ਪ੍ਰੇਰਣਾ ਵੀ ਫਿਰ 1857 ਦੇ ਗਦਰ ਤੋਂ, ਕਿਉਂਕਿ ਪੰਜਾਬੀਆਂ ਦੇ ਉੱਤੇ ਕਲੰਕ ਲੱਗ ਗਿਆ,
ਕਿਤੇ ਨਾ ਕਿਤੇ ਉਸ ਹਿਸਟਰੀ ਨਾ ਵੀ ਜਾਈਏ, ਪਰ ਉਹ ਵੀ ਆਪਣੀ ਹਿਸਟਰੀ ਤੋਂ ਪ੍ਰੇਰਣਾ ਲੈ ਰਹੇ ਨੇ ਕਿ ਨਹੀਂ ਯਾਰ ਅਸੀਂ ਖੁੰਝ ਗਏ ਕਿਤੇ। ਮੈਨੇ ਲੋਕਾਂ ਦੀ ਕੰਟੀਨਿਊਟੀ ਜਦੋਂ ਦੇਖਦਾ, ਲੋਕਾਂ ਦੀ ਲਗਾਤਾਰਤਾ ਜਦੋਂ ਦੇਖਦਾ, ਤਾਂ ਬਾਬਾ ਭਕਨਾ ਹੋਰੀ ਸਭ ਤੋਂ ਯਾਰ ਉਹ ਸਾਰੇ ਨਹੀਂ ਲਗਭਗ ਸਾਰੇ। ਮੈਂ ਲਾਲਾ ਰਾਮ ਸਿੰਘ ਦਾਸ ਤਲਵਾੜ ਹੋਣ ਉਹ ਬੰਗਾਲ ਵੰਡ ਤੋਂ ਬਾਅਦ ਸ਼ੁਰੂ ਹੋ ਜਾਂਦਾ 1905, ਫਿਰ ਪਗੜੀ ਸਭਾ ਜੱਟਾ ਮੂਵਮੈਂਟ, ਫਿਰ ਅੰਡਰਗਰਾਊਂਡ ਮੂਵਮੈਂਟ ਰਾਸ ਬਿਹਾਰੀ ਬੋਸ ਹੋਰਾਂ ਦੀ, ਉਹ ਲਿਬਰਟੀ ਵਾਲੀ ਮੂਵਮੈਂਟ, ਲਿਬਰਟੀ ਮੈਗਜ਼ੀਨ ਨਿਕਲਦਾ ਸੀ ਜਿਹੜਾ, ਔਰ ਉਹ ਮੈਗਜ਼ੀਨ ਆਬਦ ਬਿਹਾਰੀ ਬੋਸ ਹੋਰਾਂ ਨੂੰ, ਮਾਸਟਰ ਅਮੀਰ ਚੰਦ ਹੋਰਾਂ ਨੂੰ, ਤਿੰਨ ਲੋਕਾਂ ਨੂੰ ਇਸ ਕਰਕੇ ਫਾਂਸੀ ਦੇ ਦਿੱਤੀ ਸਹਾਏ ਹੋਰਾਂ ਨੂੰ ਨਾਲ, ਕਿ ਉਹਨਾਂ ਦੇ ਕੋਲੋਂ ਲਿਬਰਟੀ ਮੈਗਜ਼ੀਨ ਨਿਕਲਿਆ ਸੀ, ਕਹਿੰਦਾ ਖਤਰਨਾਕ ਲਿਬਰਟੀ ਮੈਗਜ਼ੀਨ। ਲਾਲਾ ਜੀ ਲਿਬਰਟੀ ਮੈਗਜ਼ੀਨ ਦੇ ਵਿੱਚ ਇਨਵੋਲਵ, ਲਾਲਾ ਜੀ ਹਾਰਡਿੰਗ ਬੰਬ ਕੇਸ ਇਨਵੋਲਵ, ਲਾਲਾ ਰਾਮ ਸਿੰਘ ਦਾਸ ਤਲਵਾੜ ਹੋਰੀ ਲਾਰੈਂਸ ਬੰਬ ਕੇਸ ਦੇ ਵਿੱਚ ਵੀ ਇਨਵੋਲਵ, ਜੇ ਮੈਂ ਭੁੱਲਦਾ ਨਹੀਂ ਤੇ ਜਿਹੜਾ ਅਸੈਂਬਲੀ ਚ ਬੰਬ ਸਿੱਟਿਆ ਉਹਦੇ ਚ ਵੀ ਲਾਲਾ ਜੀ ਨੂੰ ਹੀ ਡਿਊਟੀ ਲੱਗੀ ਸੀ, ਤੇ ਕਿਉਂਕਿ ਉਹ ਰਾਸ ਬਿਹਾਰੀ ਬੋਸ ਨੂੰ ਡਾਇਰੈਕਟਲੀ ਜਾਣਦੇ ਸੀ, ਇਸ ਕਰਕੇ ਕੁਛ ਅੰਡਰਗਰਾਉਂਡ ਉਹਨਾਂ ਦਾ ਸਾਰੇ ਦਾ ਸਾਰਾ ਕ੍ਰਾਂਤੀਕਾਰੀਆਂ ਦੇ ਸਿਲਸਿਲੇ ਕਰਕੇ ਉਹਨਾਂ ਦੀ ਡਿਊਟੀ ਹਟਾ ਦਿੱਤੀ ਗਈ, ਤੇ ਲਾਲਾ ਜੀ ਗਦਰ ਪਾਰਟੀ ਦੇ ਵਿੱਚ ਉਮਰ ਕੈਦ ਕੱਟਦੇ ਨੇ, ਤੇ ਫਿਰ ਬਾਅਦ ਦੇ ਵਿੱਚ ਭਗਤ ਸਿੰਘ ਹੋਣ ਵਾਲੀ ਨੌਜਵਾਨ ਸਭਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਦੇ ਨੇ, ਫਿਰ ਕੈਦ ਹੁੰਦੇ ਨੇ। ਜਿਹੜੀ ਡ੍ਰੀਮ ਲੈਂਡ ਦੀ ਭੂਮਿਕਾ ਇੰਟਰੋਡਕਸ਼ਨ ਡ੍ਰੀਮ ਲੈਂਡ ਭਗਤ ਸਿੰਘ ਹੋਣਾ ਨੇ ਲਿਖੀ ਹੋਈ ਹੈ, ਉਹ ਲਾਲਾ ਰਾਮ ਸਰਨ ਦਾਸ ਤਲਵਾੜ ਹੋਰਾਂ ਦੀ ਪੋਇਟਰੀ ਹੈ। ਹਾਲਾਂਕਿ ਭਗਤ ਸਿੰਘ ਨੂੰ ਨੋਸਟੈਲਜੀਆ ਵੀ ਕਹਿੰਦੇ ਨੇ, ਪਰੰਤੂ ਉਹ ਇਹ ਕਹਿੰਦੇ ਨੇ ਕਿ ਇਹ ਸਾਡੇ ਤੋਂ ਵੱਡੇ ਲੋਕ ਇਸ ਕਰਕੇ ਨੇ ਕਿ ਇਹਨਾਂ ਦੇ ਸੰਘਰਸ਼ ਦੀ ਲਗਾਤਾਰਤਾ, ਮੈਨੂੰ ਫਾਂਸੀ ਲੱਗਣੀ ਹੈ, ਮੇਰਾ ਨਿਬੇੜਾ ਹੋ ਜਾਣਾ, ਇਹਨਾਂ ਨੂੰ ਉਮਰ ਕੈਦ ਹੋਈ ਹੈ, ਇਹਨੂੰ ਰੋਜ਼ ਹਰ ਸ਼ੈਨ ਫਾਂਸੀ ਲੱਗਣੀ ਹੈ, ਇਸ ਕਰਕੇ ਵੱਡੇ ਲੋਕ ਨੇ ਇਹਨਾਂ ਦਾ ਸਤਿਕਾਰ ਕਰਨਾ। ਮੈਂ ਉਹਨਾਂ ਨੂੰ ਉਹਨਾਂ ਦੀ ਲਗਾਤਾਰਤਾ ਦੇ ਵਿੱਚੋਂ, ਮੈਂ ਬਾਬਾ ਭਕਨਾ ਜੀ ਦੀ ਲਗਾਤਾਰਤਾ ਦੇ ਵਿੱਚੋਂ, ਜਿਸ ਵੇਲੇ ਉਹਨਾਂ ਦੇ ਕੁੱਬ ਪੈ ਗਿਆ ਔਰ ਉਹਨਾਂ ਨੇ ਕਿਹਾ ਕਿ ਅੰਗਰੇਜ਼ ਦੀ ਜੇਲ੍ਹਾਂ ਨੇ ਨਹੀਂ ਕੁੱਬ ਪਾ ਸਕੀਆਂ, ਨਹਿਰੂ ਦੀ ਜੇਲ੍ਹ ਨੇ ਕੁੱਬ ਮੇਰੇ ਪਾ ਦਿੱਤਾ ਆ, ਇਹ ਉਲਾਂਭਾ ਉਹਨਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੂੰ ਦਿੱਤਾ ਸੀ, ਇਹਦੇ ਹਵਾਲੇ ਮਿਲਦੇ ਨੇ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਦੀ, ਕਿਵੇਂ ਉਹ ਫਿਰ ਆਪਣੀ ਸਾਰੀ ਜ਼ਮੀਨ, ਉਹ ਕਿਵੇਂ ਬੱਚੀਆਂ ਦੀ ਪੜ੍ਹਾਈ ਦੀਆਂ ਚਿੰਤਾਵਾਂ ਦੇ ਵਿੱਚ ਲਾ ਦਿੰਦੇ ਨੇ, ਤਾਂ ਉਹ ਸਾਰੇ ਬਾਬੇ ਮੈਨੂੰ ਉੱਥੇ ਲਾਲਾ ਰਾਮ ਸਿੰਘ ਦਾਸ ਤਲਵਾੜ ਦੀ ਟੱਕਰ ਗਏ। ਵੈਰੀ ਇੰਟਰਸਟਿੰਗ, ਮੈਂ ਤੁਹਾਡੇ ਨਾਲ ਅਨੁਭਵ ਸਾਂਝਾ ਕਰ ਕੀ ਹੁੰਦਾ ਆ, ਤੁਸੀਂ ਸੋਚ ਵੀ ਨਹੀਂ ਸਕਦੇ। ਵੇਰੇ ਕਾਲੇ ਦੌਰ ਦੀ ਗੱਲ ਹੈ, ਕੁਛ ਪਰਿਵਾਰ ਉੱਜੜ ਕੇ ਜਿਹੜੇ ਵਪਾਰੀ ਪਰਿਵਾਰ ਨੇ, ਸ਼ਬਦ ਨਹੀਂ ਹੁਣ ਮੈਨੇ ਹੋਰ ਹੋ ਜਾਂਦੇ ਉੱਜੜ ਕੇ, ਤੇ ਉੱਥੇ ਸਿੰਘੂ ਬਾਰਡਰ ਤੇ ਦੇ ਲਾਗੇ ਇੱਕ ਪਿੰਡ ਦੇ ਵਿੱਚ ਵੱਸ ਗਏ। ਮੈਂ ਜਦੋਂ ਗਿਆ ਉੱਥੇ, ਤੇ ਉਹਨਾਂ ਨੇ ਮੈਂ ਉਹਨਾਂ ਦੇ ਕੋਲ ਹੀ ਗਿਆ, ਉਹਨਾਂ ਦੀ ਦੁਕਾਨ ਸੀ ਐਕਸੈਸਰੀ ਦੀ, ਟਰੱਕਾਂ ਦੀਆਂ ਜਿਹੜੀਆਂ ਐਕਸੈਸਰੀ ਟਰੈਕਟਰਾਂ ਦੀਆਂ, ਉਹਦੀ ਦੁਕਾਨ, ਬੜੀ ਵੱਡਾ ਕਾਰੋਬਾਰ ਸੀ ਉਹਨਾਂ ਦਾ, ਔਰ ਉਹਨੇ ਦੱਸਿਆ ਕਿ ਅਸੀਂ ਉਸ ਦੌਰ ਦੇ ਵਿੱਚ ਬਟਾਲੇ ਉੱਜੜ ਕੇ ਆਏ। ਮੈਂ 84ਵਿਆਂ ਦੀ ਗੱਲ ਕਰਦਾ ਹਾਂ ਕਿ ਉਦੋਂ ਅਸੀਂ ਇੱਥੇ ਉੱਜੜ ਕੇ ਆਏ ਸੀ, ਪਰ ਇਸ ਸੰਘਰਸ਼ ਲਈ ਉਹਨਾਂ ਦੀ ਬੜੀ ਵੱਡੀ ਦੁਕਾਨ ਸੀ, ਉੱਥੇ ਉਹਨਾਂ ਨੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ, ਸਬਮਰਸੀਬਲ ਲੱਗੀ ਹੋਈ ਸੀ ਲੋਕ, ਤੇ ਨਹਾਉਣ ਇਸ਼ਨਾਨ ਦਾ ਪ੍ਰਬੰਧ ਕੀਤਾ ਹੋਇਆ ਸੀ, ਬੀਬੀਆਂ ਦੇ ਲੈਟਰਿੰਗ ਬਾਥਰੂਮ ਅਲੱਗ ਉਹਨਾਂ ਨੇ ਸਾਰੇ ਖੁੱਲੇ ਹੋਏ ਸੀ, ਕਿਉਂਕਿ ਬਹੁਤ ਵੱਡਾ ਉਹਨਾਂ ਦਾ ਕਾਰੋਬਾਰ ਹੈ ਸੀ। ਔਰ 24 ਘੰਟੇ ਉਹ ਕਹਿੰਦੇ ਅਸੀਂ ਆਪਣੀ ਇਹ ਦੁਕਾਨ ਹੁਣ ਖੁੱਲੀ ਰੱਖਦੇ ਹਾਂ, ਕਿ ਪਤਾ ਨਹੀਂ ਕਿਹੜੇ ਕਿਸਾਨ ਨੂੰ, ਕਿਹੜੇ ਲੋਕਾਂ ਨੂੰ, ਕਿਹੜੇ ਸੰਘਰਸ਼ ਵਿਅਕਤੀ ਨੂੰ ਕਦੋਂ ਕਿਸੇ ਤਰੀਕੇ ਦੀ ਲੋੜ ਪੈ ਜਾਵੇ। ਦਵਾਈਆਂ ਉਹਨੀਆਂ ਅਲੱਗ ਰੱਖੀਆਂ ਹੋਈਆਂ, ਚਾਹ ਦਾ ਪ੍ਰਬੰਧ ਉਹਨੇ ਅਲੱਗ ਕੀਤਾ ਹੋਇਆ। ਸੋ ਮੈਨੂੰ ਉਹ ਰਾਮ ਸਰਨ ਦਾਸ ਤਲਵਾੜ ਵਿੱਚ ਟੱਕਰ ਗਏ ਯਾਰ, ਠੀਕ ਹੈ ਯਾਰ ਜੇ ਕਿਸਾਨੀ ਪਰਿਵਾਰ ਦੇ ਵਿੱਚੋਂ ਨਹੀਂ ਆ, ਪਰ ਉਹ ਸੰਘਰਸ਼ ਜਿਹੜਾ ਇਕੱਠਿਆਂ ਲੜਿਆ ਜਾ ਰਿਹਾ ਹੈ, ਜਿਹੜਾ ਮਨੁੱਖਤਾ ਦਾ ਸੰਘਰਸ਼ ਹੈ, ਜਿਹਨੇ ਕਿਤੇ ਨਾ ਕਿਤੇ ਕਲਚਰਲ ਅਵੇਅਰਨੈਸ, ਮੈਂ ਉਹੀ ਕਹਿ ਰਿਹਾ ਸੀ ਕਿ ਅਸੀਂ ਦੇਖੋ, ਮੈਂ ਆਪਣੇ ਆਪ ਨੂੰ ਵਿੱਚ ਹੀ ਰੱਖਦਾ ਹਾਂ, ਸਾਡੇ ਬਹੁਤ ਸਾਰੇ ਇੰਟਲੈਕਚੁਅਲ ਦੇ ਨਾਲ ਗੱਲਾਂ ਵੀ ਹੁੰਦੀਆਂ ਸੀਗੀਆਂ, ਸਾਨੂੰ ਇਹ ਲੱਗਣ ਲੱਗ ਪਿਆ ਸੀ ਕਿ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਜਾਂ ਤਾਂ 5 ਲੱਖ
ਤੁਰੇ ਹੋਏ ਨੇ ਉਹ ਜਿੱਥੇ ਨਸ਼ੇ ਛਡਾਊ ਕੇਂਦਰਾਂ ਦੇ ਵਿੱਚ, ਤੇ ਜਾਂ ਫਿਰ ਸਾਰਿਆਂ ਨੇ ਮੂੰਹ ਚੱਕਿਆ ਹੋਇਆ ਹੈ ਵਿਦੇਸ਼ਾਂ ਵਾਲਾ, ਇੱਕ ਭਾਂਜ ਪਲਾਇਨ ਨੌਜਵਾਨਾਂ ਦੇ ਵਿੱਚ ਤੁਹਾਨੂੰ ਲੱਭਣ ਲੱਗ ਪੈਂਦੀ ਹੈ। ਤਾਂ ਮੈਨੂੰ ਉੱਥੇ ਲੱਗਿਆ ਨਹੀਂ ਯਾਰ ਇਹ ਤਾਂ ਬੜਾ ਜ਼ਿੰਮੇਵਾਰ ਹੋ ਗਿਆ ਹੈ। ਤਾਂ ਉਹਨਾਂ ਨੇ ਨੌਜਵਾਨਾਂ ਨੇ ਉਹ ਜਿਹੜਾ ਉੱਥੇ ਕਲਚਰ ਉਸਾਰਿਆ ਹੋਇਆ ਹੈ, ਮੈਂ ਨਹੀਂ ਕਹਿੰਦਾ ਬਹੁਤ ਵੱਡੀ ਕ੍ਰਾਂਤੀ ਵਾਪਰ ਗਈ, ਪਰ ਅਸੀਂ ਇਹ ਕਦੇ ਵੀ ਨਹੀਂ ਕਹਿ ਸਕਦੇ ਕਿ ਇੱਥੋਂ ਚਾਨਣ ਨਹੀਂ ਜਾਏਗਾ, ਇਹ ਟਰਾਲੀਆਂ ਚਾਨਣ ਦੀਆਂ ਭਰੀਆਂ ਜਾਣਗੀਆਂ। ਮੈਂ ਲਫ਼ਜ਼ ਇਹ ਵਰਤਦਾ, ਬਹੁਤ ਵੱਡੀ ਪਰ ਦੂਸਰਾ ਇਹ ਇਹਨੇ ਪੰਜਾਬ ਨੂੰ ਜਿਹੜਾ ਕਿਤੇ ਬੰਜਰ ਹੋ ਗਿਆ ਸੀਗਾ ਜ਼ਹਿਨੀ ਤੌਰ ਦੇ ਉੱਤੇ, ਮੈਨੂੰ ਲੱਗਦਾ ਸੀ ਪੋਲੀਟੀਕਲ ਤੌਰ ਦੇ ਉੱਤੇ ਜਿਹਨੂੰ ਜਿਹਨੂੰ ਆ ਪੋਲੀਟੀਕਲ ਕਰ ਦਿੱਤਾ ਗਿਆ ਸੀਗਾ, ਸਾਡੇ ਸਟੂਡੈਂਟ ਜਥੇਬੰਦੀਆਂ ਨੀ, ਸਾਡੇ ਕੋਈ ਕਲਚਰਲ ਐਸੇ ਲਹਿਰ ਨਹੀਂ, ਸਾਡੇ ਕੋਈ ਸੋਸ਼ਲ ਲਹਿਰ ਨਹੀਂ ਹੈ, ਪੋਲੀਟੀਕਲ ਲਹਿਰ ਨਹੀਂ ਹੈ, ਇੱਕ ਉਬਾਲ ਜਿਹਾ ਉੱਠਿਆ ਸੀਗਾ, ਮੈਂ ਉਹਦੇ ਵੱਲ ਜਾਣਾ ਨਹੀਂ ਹੈ। ਮੈਂ ਉਹਦੇ ਤੇ ਫਿਰ ਮੇਰੇ ਕਈ ਕਿੰਤੂ ਵਜਨ ਤੇ ਮੈਂ ਪੋਲੀਟੀਕਲ ਗੱਲ ਨਹੀਂ ਕਰਨੀ ਚਾਹੁੰਦਾ, ਕਿਉਂਕਿ ਇੱਥੇ ਬਹੁਤ ਸੁੱਕੜ ਲੋਕ ਨੇ, ਮੈਂ ਸਹਿਜ ਗੱਲਾਂ ਹੀ ਕਰਨੀਆਂ ਚਾਹੁੰਦਾ ਹਾਂ। ਪਰ ਮੈਨੂੰ ਲੱਗਿਆ ਕਿ ਨਹੀਂ ਯਾਰ ਅਸੀਂ ਇੱਥੇ ਰਹਿ ਗਿਆਂ ਦੀ ਫਰਸਟ੍ਰੇਸ਼ਨ ਨੂੰ ਨਹੀਂ ਸਮਝ ਸਕੇ, ਜਿਨ੍ਹਾਂ ਨੂੰ ਕੋਈ ਰਾਹ ਨਾ ਸੀ ਮਿਲ ਰਿਹਾ, ਜਿਨ੍ਹਾਂ ਦੀ ਆਪਣੀ ਐਨਰਜੀ ਨੂੰ ਚੈਨਲਾਈਜ਼ ਕਰਨ ਵਾਸਤੇ ਕੋਈ ਤੁਹਾਨੂੰ ਮੂਵਮੈਂਟ ਨਾ ਸੀ ਮਿਲ ਰਹੀ, ਕੋਈ ਲਹਿਰ ਨਾ ਸੀ ਮਿਲ ਰਹੀ, ਕੋਈ ਪੋਜ਼ਿਟਿਵ ਪਾਸਾ ਨਾ ਸੀ ਦਿਖ ਰਿਹਾ, ਉਹਨਾਂ ਨੂੰ ਜਦੋਂ ਪੋਜ਼ਿਟਿਵ ਪਾਸਾ ਦਿਖਿਆ ਹੈ ਤਾਂ ਉਹਨਾਂ ਦੀ ਪੋਜ਼ਿਟਿਵਿਟੀ ਜਿਹੜੀ ਹੈ, ਜੇ ਉੜਤਾ ਪੰਜਾਬ ਨਹੀਂ ਪੜ੍ਹਤਾ ਪੰਜਾਬ ਹੈ, ਔਰ ਨੌਜਵਾਨ ਉੱਥੇ ਪੜ੍ਹਨ ਲੱਗੇ ਹੋਏ ਸੀ, ਔਰ ਜਿਸ ਤਰੀਕੇ ਉਹ ਸੇਵਾ ਕਰਦੇ ਸੀ, ਜਿਸ ਤਰੀਕੇ ਖਿਦਮਤ ਕਰਦੇ ਸੀ, ਜਿਸ ਤਰੀਕੇ ਬਜ਼ੁਰਗਾਂ ਨਾਲ ਬਹਿ ਕੇ ਉਹਨਾਂ ਦੀਆਂ ਗੱਲਾਂ ਸੁਣਦੇ ਸੀ, ਇਤਿਹਾਸ ਦੀਆਂ ਕਹਾਣੀਆਂ ਸੁਣਦੇ ਸੀਗੇ, ਉਹਨਾਂ ਦੇ ਆਪਣੇ ਅਨੁਭਵ ਸੁਣਦੇ ਸੀਗੇ, ਕਮਾਲ ਦਾ ਮੰਜ਼ਰ। ਉੱਥੇ ਇਕੱਲਾ ਸੰਘਰਸ਼ ਨਹੀਂ ਹੋ ਰਿਹਾ, ਮੈਂ ਇਹ ਕਹਿ ਰਿਹਾ ਉੱਥੇ ਪੋਲੀਟੀਕਲ ਜਾਗਰਤੀ ਆ ਰਹੀ ਹੈ, ਉੱਥੇ ਸਮਾਜਿਕ ਜਾਗਰਤੀ ਆ ਰਹੀ ਹੈ, ਉੱਥੇ ਜਿਹੜੀਆਂ ਸਾਡੀਆਂ ਸਿਧਾਂਤ ਸੀਗੇ, ਸਾਡੇ ਵੱਡੇ ਲੋਕਾਂ ਦੇ ਸਿਧਾਂਤ ਸੀ। ਮੈਂ ਕਿਹਾ ਕਿ ਲੰਗਰ ਉੱਥੇ ਖਾਣਾ ਖਾਣਾ ਨਹੀਂ ਹੈ, ਲੰਗਰ ਉੱਥੇ ਸਮਾਜਿਕ ਸਮਰਸਤਾ ਹੈ, ਲੰਗਰ ਉੱਥੇ ਮਿਲ ਬੈਠ ਕੇ ਇੱਕ ਦੂਜੇ ਦੇ ਦੁੱਖ ਸੁੱਖ ਬੋਲਣਾ ਹੈ। ਕਈ ਲੋਕ ਕਹਿਣਗੇ ਕਿ ਉਹਨਾਂ ਦੀ ਇਹ ਲੜਾਈ ਆਰਥਿਕਤਾ ਦੀ ਲੜਾਈ ਹੈ, ਉਹਨਾਂ ਦੀ ਕਿਸਾਨਾਂ ਦੀ ਲੜਾਈ ਹੈ, ਵੱਡੇ ਕਿਸਾਨਾਂ ਦੀ ਲੜਾਈ ਹੈ, ਆੜ੍ਹਤੀਆਂ ਦੀ ਲੜਾਈ ਹੈ, ਉਹ ਅਲੱਗ ਪਹਿਲੂ ਨੇ, ਉਹ ਸਾਰੇ ਸੰਘਰਸ਼ ਦੇ ਪਹਿਲੂ ਅਲੱਗ ਨੇ। ਮੈਨੂੰ ਇੱਕ ਰਾਈਟਰ ਨੂੰ ਜੋ ਉੱਥੇ ਟੱਕਰੇ ਨੇ, ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਮੈਨੂੰ ਸਤਿਗੁਰ ਕਬੀਰ ਟੱਕਰ ਗਏ, ਉੱਥੇ ਹੈਗੀ ਉੱਥੇ ਉਹਨਾਂ ਦੀ ਰੂਹ ਤੁਹਾਨੂੰ ਉਹਨਾਂ ਲੋਕਾਂ ਦੇ ਵਿੱਚ ਤੁਰੀ ਫਿਰਦੀ ਏਦਾਂ ਦਿਖਾਈ ਦੇਣ ਲੱਗ ਪਈ, ਦਿਖਾਈ ਦਿੰਦੇ ਨੇ ਸੂਰਾ ਤੋਂ ਪਹਿਚਾਣ ਕੇ ਚੱਲ ਰਹੇ, ਬੋਲਦੇ ਦਿਖਾਈ ਦਿੰਦੇ ਨੇ ਕਿ ਭਲਾ ਹੋਰ ਮੇਰੀ ਗਗਰੀ ਕੋਟੀ ਮੈਂ ਪੰਨੀਆਂ ਭਰਨ ਤੇ ਛੁੱਟੀ ਦੇ ਮੇਰੇ ਸਿਰ ਤੇ ਕਈ ਪਤਾ ਖੜੇ ਆ ਆ ਜਾਓ। ਮੈਨੂੰ ਸਤਿਗੁਰੂ ਨਾਨਕ ਦੇਵ ਪੂਰੇ ਤਿੱਖੇ ਚਲਾਉਣ ਦੇ ਵਿੱਚ ਸਿਰ ਨਹੀਂ ਨਹੀਂ ਹੰਕਾਰੀ ਜਿਹੜਾ ਜਾਏਗਾ ਉਹ ਜਾਏਗਾ, ਤੇ ਮੁਕੱਦਮ ਜਿਹੜੇ ਉਹ ਸਾਰੇ ਮੈਨੂੰ ਫਰੀਦ ਫਰੀਦਾ ਬੁਰੇ ਦਾ ਭਲਾ, ਉਹ ਕਹਿੰਦੇ ਉਹ ਭਲਾ ਮੰਗਣ ਦੇ ਨੀ ਲੋਕ, ਗੁੱਸਾ ਮਨ ਨਾ ਹੰਡਾ, ਕੋਈ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾ। ਲੋਕ ਦੀ ਪ੍ਰੈਕਟਿਸ ਮੈਨੂੰ ਤਾਂ ਇਹ ਪ੍ਰੈਕਟਿਸ ਉੱਥੇ ਲੰਗਰ, ਕਈ ਕਹਿੰਦੇ ਨੇ ਵੱਖ ਵੱਖ ਏਜੰਡੇ ਚੱਲ ਰਹੇ ਨੇ, ਮੈਨੂੰ ਜਿਹੜੀ ਸਿਧਾਂਤ ਅਸੀਂ ਪੰਜਾਬੀਅਤ ਦੇ ਸਿਧਾਂਤਾਂ ਦੀ ਗੱਲ ਕਰਦੇ ਸੀ, ਜਿਹੜੇ ਬਾਬਾ ਸੋਹਣ ਸਿੰਘ ਭਕਨਾ ਦੇ ਅਕੀਦੇ ਸੀ, ਜਿਹੜੇ ਜਿਹੜੇ ਗਦਰ ਪਾਰਟੀ ਦੇ ਅਕੀਦੇ ਸੀ, ਜਿਹੜੇ ਕਿਸਾਨੀ ਅੰਦੋਲਨ 1907 ਵਾਲਿਆਂ ਦੇ ਪਗੜੀ ਸੰਭਾਲ ਜੱਟਾਂ ਦੇ ਅਕੀਦੇ ਸੰਘਰਸ਼ ਸੀ, ਕੁਰਬਾਨੀਆਂ ਸੀ, ਜਿਹੜੀਆਂ 1938 ਦੀਆਂ ਕੋਸ਼ਿਸ਼ ਕਿਸਾਨ ਮੋਰਚੇ ਦੀਆਂ ਕੁਰਬਾਨੀਆਂ ਸੀ, ਅਕੀਦੇ ਸੀ, ਲੜਾਈਆਂ ਸੀ, ਜਿਹੜੀਆਂ ਬਬਰ ਅਕਾਲੀਆਂ ਦੀਆਂ ਲੜਾਈਆਂ ਸੀ,
ਜਿਹੜੀਆਂ ਬਾਅਦ ਦੀਆਂ ਕਿਸਾਨ ਅੰਦੋਲਨਾਂ ਦੀਆਂ ਲੜਾਈਆਂ ਸੀ, ਜਿਹੜੀਆਂ ਅਗਰੇਰੀਅਨ ਕ੍ਰਾਈਸਿਸ ਦੀਆਂ ਲੜਾਈਆਂ ਅਕੀਦੇ ਸੀ, ਤੁਹਾਨੂੰ ਉੱਥੇ ਉਹ ਸਾਰੇ ਇੱਕਦਮ ਫੈਲੇ ਹੋਏ, ਇੱਕਦਮ ਮੌਲਦੇ ਹੋਏ ਤੁਹਾਨੂੰ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਲੱਭ ਜਾਂਦੇ ਨੇ, ਜਾਂ ਮੈਨੂੰ ਉੱਥੇ ਦੇਖਣ ਨੂੰ ਮਿਲੇ ਇਸ ਸੰਘਰਸ਼ ਦੇ ਵਿੱਚ। ਸੋ ਮੈਨੂੰ ਇਹ ਲੱਗਦਾ ਹੈ, ਮੈਂ ਤੁਹਾਡੇ ਨਾਲ ਨਾ ਜੇ ਮੈਂ ਕਵਿਤਾ ਸਾਂਝੀ ਕਰਾਂ ਡਾਕਟਰ ਮਨਮੋਹਨ ਹੋਰਾਂ ਦੀ, ਤਾਂ ਸਾਨੂੰ ਮੈਂ ਮੈਂ ਪੋਇਟਰੀ ਕੀ ਹੋਣਾ ਚਾਹੁੰਦਾ ਸੀਗਾ ਮੇਰੇ ਮਨ ਚ, ਮੈਂ ਕਿਉਂਕਿ ਇਹਨੂੰ ਹਿਸਟਰੀ ਦੇ ਨਾਲ ਜਦੋਂ ਅਸੀਂ ਹਿਸਟਰੀ ਦੇ ਵਿੱਚ ਲਿਜਾ ਕੇ ਅੰਕੜਿਆਂ ਦੀਆਂ ਗੱਲਾਂ ਕਰਾਂਗੇ, ਕੁਛ ਤੱਥਾਂ ਦੀਆਂ ਗੱਲਾਂ ਕਰਾਂਗੇ, ਜਾਂ ਕਾਨੂੰਨੀ ਦਾਅ ਪੇਚਾਂ ਦੀਆਂ ਗੱਲਾਂ ਕਰਾਂਗੇ, ਜਾਂ ਪੋਲਿਟਿਕਸ ਦੀਆਂ ਗੱਲਾਂ ਕਰਾਂਗੇ, ਤਾਂ ਮੇਰੇ ਵਰਗੇ ਦੇ ਕੋਲ ਉਹ ਜੱਚਦਾ ਨਹੀਂ। ਤੁਸੀਂ ਉਹ ਸਾਰਾ ਤਾਂ ਜਾਣਦੇ ਹੁੰਦੇ ਆ, ਮੈਂ ਤਾਂ ਇੱਕ ਲਿਟਰੇਚਰ ਵਾਂਗ ਜਿਵੇਂ ਮੈਨੂੰ ਉੱਥੇ ਲੋਕ ਦਿਖੇ, ਜਿਵੇਂ ਮੈਨੂੰ ਉੱਥੇ ਅਹਿਸਾਸ ਦਿਖੇ, ਮੈਂ ਉਹ ਗੱਲਾਂ ਕੁਝ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸੀਗਾ। ਮੈਂ ਪਹਿਲਾਂ ਵੀ ਕਦੇ ਉਹ ਬਣਾ ਕੇ ਨੋਟਸ ਲੈ ਕੇ ਸਾਰਾ ਕਰਕੇ ਕਰਦਾ, ਪਰ ਮੈਂ ਪੋਇਮ ਡਾਕਟਰ ਮਨਮੋਹਨ ਹੋਰਾਂ ਦੀ ਪੋਇਮ ਹੈ ਬੋਲਦਾ ਵਰਤਮਾਨ, ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗਾ, ਕਿਉਂਕਿ ਇਹਦੇ ਵਿੱਚੋਂ ਤੁਹਾਨੂੰ ਪੰਜਾਬ ਦੀ ਤਾਨੀ ਜਾਂ ਅਦਰਵਾਈਜ਼ ਸੰਘਰਸ਼ ਲੜਾਈਆਂ ਦੇ ਇਤਿਹਾਸ ਤੋਂ ਲੈ ਕੇ ਵਰਤਮਾਨ ਅੱਜ ਦੇ ਸੰਘਰਸ਼ ਦੀ ਖੁਸ਼ਬੂ, ਮੈਂ ਖੁਸ਼ਬੂ ਕਹਾਂਗਾ, ਉਹ ਯਾਰ ਸਾਡੇ ਅਸੀਂ ਤਾਂ ਮਰਗ ਦੇ ਭੋਗ ਤੋਂ ਬਾਅਦ ਵੀ ਆਨੰਦ ਸਾਹਿਬ ਪੜ੍ਹਨ ਵਾਲੇ, ਵਿਆਹ ਸ਼ਾਦੀ ਪੜ੍ਹ ਆਨੰਦ ਚ ਰਹਿੰਦੇ ਹਾਂ, ਇਹ ਆਨੰਦ ਦਾ ਅਹਿਸਾਸ ਵੀ ਮੈਨੂੰ ਉੱਥੋਂ ਮਹਿਸੂਸ ਹੋਇਆ। ਤੇ ਡਾਕਟਰ ਮਨਮੋਹਨ ਹੋਰਾਂ ਦੀ ਕਵਿਤਾ ਨਾ ਤੁਹਾਡਾ ਸਾਰਿਆਂ ਦਾ, ਮੈਨੂੰ ਲੱਗਦਾ ਮੇਰੇ ਲਈ ਵੀ ਸੌਖਾ ਹੋ ਜਾਏਗਾ ਫੈਕਟ ਐਂਡ ਫਿਗਰਸ ਤੋਂ ਇਲਾਵਾ ਗੱਲਾਂ ਕਰਨੀਆਂ ਜਿਹੜੀਆਂ ਮੈਂ ਦਿੱਤੀਆਂ ਨੇ, ਜਾਂ ਜਿਹੜੀਆਂ ਡਾਕਟਰ ਮਨਮੋਹਨ ਹੋਰੀ ਇੱਕ ਪੋਇਟ ਮਨ ਕਵੀ ਮਨ ਜਿਹੜਾ ਆ ਉੱਥੇ ਜਾ ਕੇ ਦੇਖਦਾ ਆ, ਉਸ ਕਵਿਤਾ ਦਾ ਨਾਂ ਹੈ ਬੋਲਦਾ ਵਰ। ਸਿੰਘੂ ਕੁੜਨੀ ਟਿੱਕਰੀ ਬੁਰਾੜੀ ਖੈਰਾ ਚੀਲਾ ਪਲਬਲ ਤੇ ਬਰੌਤ, ਸ਼ਬਦ ਨਵੇਂ ਨਹੀਂ ਪਰ ਅੱਜ ਨਵੇਂ, ਪ੍ਰਸੰਗਾਂ ਤੇ ਸਮਿਆਂ ਜੋੜ ਦਿੱਤੇ ਅਸਲੋਂ ਨਵੇਂ ਨਵੇਂ ਅਰਥ, ਵਰਤਮਾਨ ਦੇ ਸ਼ਬਦ ਕੋਸ਼ ਅੰਦਰ ਪਿਛੇਤਰ ਬਾਰਡਰ ਜੁੜ ਜਾਂਦਾ ਹੈ ਤਾਂ ਨਿਕਲਣ ਅਰਥ ਕੁਝ ਹੋਰ। ਇਹ ਸਾਰੇ ਬਾਰਡਰਾਂ ਦੇ ਨਾਲ, ਵਰਤਮਾਨ ਦੇ ਸ਼ਬਦ ਕੋਸ਼ ਅੰਦਰ ਪਿਛੇਤਰ ਬਾਰਡਰ ਜੁੜ ਜਾਂਦਾ ਹੈ ਤਾਂ ਨਿਕਲਣ ਅਰਥ ਕੁਝ ਹੋਰ ਹੀ ਹੁੰਦੇ ਨੇ। ਹੋਰ ਕਈ ਬਾਰਡਰ ਦੇਸ਼ ਦੇ ਬਾਰਡਰਾਂ ਕਿਆ ਵਾ। ਨਿਰੰਜਣ ਸਿੰਘ ਕਿਸਾਨ ਵੱਲੋਂ ਆਤਮ ਹੱਤਿਆ ਦੇ ਯਤਨ ਨੇ ਅੰਜਨ ਮਾਹੇ ਨਿਰੰਜਨ ਨੂੰ ਬਿਲਕੁਲ ਦਿੱਤੇ ਨੇ ਨਵੇਂ ਅਰਥ। ਸ਼ਹੀਦੀ ਤੇ ਠੰਡੇ ਬੁਰਜ ਦੀ ਸੀਤ ਹੋਈ ਪਹਿਲੀ ਵਾਰ ਅਨੁਭਵ, ਜਦੋਂ ਬਰਫੀਲੀ ਸੜਕ ਤੇ ਰਾਤ ਗੁਜ਼ਾਰੀ ਕੋਹਰੇ ਚ। ਸ਼ਹੀਦੀ ਤੇ ਠੰਡੇ ਬੁਰਜ ਦੀ ਸੀਤ, ਤੁਸੀਂ ਇਤਿਹਾਸ ਦੇਖ ਰਹੇ ਹੋ, ਸ਼ਹੀਦੀ ਤੇ ਠੰਡੇ ਬੁਰਜ ਦੀ ਸੀਤ ਹੋਈ ਪਹਿਲੀ ਵਾਰ ਅਨੁਭਵ, ਜਦੋਂ ਬਰਫੀਲੀ ਸੜਕ ਤੇ ਰਾਤ ਗੁਜ਼ਾਰੀ ਕੋਹਰੇ ਚ ਘਿਰੀ। ਵੰਡ ਛਕੋ ਦਾ ਸਿਰਫ ਲੰਗਰ ਛਕਣਾ ਛਕਾਉਣਾ ਨਹੀਂ, ਦੁੱਖ ਸੁੱਖ ਸਮ ਕਰ ਜਾਣ ਸਬਰ ਤੇ ਸਹਿਜ ਭਾਵ ਨਾਲ ਜਿਉਣਾ ਵੀ ਹੁੰਦਾ ਹੈ। ਪਿੰਡ ਦਾ ਅਵੈੜਾ ਮੁੰਡਾ ਵਿਪਤਾ ਪੈਣ ਤੇ ਕਿਵੇਂ ਬਣ ਜਾਂਦਾ ਹੈ ਜ਼ਿੰਮੇਵਾਰ ਸ਼ਹਿਰੀ, ਸਗਵਾ ਭਾਵ ਉਹਦਾ ਦੱਸਦਾ ਹੈ ਉੱਡਦੇ ਪੰਜਾਬ ਨੂੰ, ਪੰਜਾਬ ਸਿੰਘ ਹੋਣ ਚ ਬਹੁਤੀ ਦੇਰ ਨਹੀਂ ਲੱਗਦੀ। ਪਿੰਡ ਦਾ ਅਵੈੜਾ ਮੁੰਡਾ ਵਿਪਤਾ ਪੈਣ ਤੇ ਕਿਵੇਂ ਬਣ ਜਾਂਦਾ ਜ਼ਿੰਮੇਵਾਰ ਸ਼ਹਿਰੀ, ਤਗਵਾ ਭਾਵ ਉਹਦਾ ਦੱਸਦਾ ਉੱਡਦੇ ਪੰਜਾਬ ਨੂੰ, ਪੰਜਾਬ ਸਿੰਘ ਹੋਣ ਚ ਬਹੁਤੀ ਦੇਰ ਨਹੀਂ ਲੱਗਦੀ। ਸ਼ਹੀਦੀਆਂ ਸਾਕੇ ਛੋਟੇ ਵੱਡੇ ਘੱਲੂਘਾਰੇ ਜੈਤੋ ਚਾਬੀਆਂ ਗੁਰੂ ਕੇ ਬਾਗ ਦੇ ਪੋਚੇ, ਸ਼ਹੀਦੀਆਂ ਸਾਕੇ ਛੋਟੇ ਵੱਡੇ ਘੱਲੂਘਾਰੇ ਜੈਤੋ ਚਾਬੀਆਂ ਗੁਰੂ ਕੇ ਬਾਗ ਦੇ ਮੋਰਚੇ, ਅਸਹਿਯੋਗ ਸੱਤਿਆਗ੍ਰਹਿ ਧਰਨੇ ਮੁਜਾਰੇ, ਕਿਹੜੇ ਰੰਗਾਂ ਰੂਪਾਂ ਚ ਵਾਪਰਨੇ ਕੋਈ ਨਾ ਜਾਣ, ਸਮੇਂ ਦੇ ਗਰਭ ਚ ਕੀ ਕਿਵੇਂ ਕਿਵੇਂ ਹੋਣਾ, ਇਹਨਾਂ ਅਰਥਾਂ ਕਿਸ ਭਾਸ਼ਾ ਚ ਹੋਣਾ ਪ੍ਰਗਟ,
वर्तमान दे शब्द कोश केड़े केड़े और नवे शब्द चुनने कुछ सौ पता मेरे ख्याल दे नाल एदू वधिया वर्णन एदू वधिया आत्मीयता दे नाल संघर्ष नूं देखिया नहीं जा सकता। इनिया क गल दोस्तों कोई सवाल होणगे तो मैं पुछूंगा। तौहीद जी जी। तुसी बाबा जी अज ते क्योंकि बाबा जी सोहन सिंह भकना होना दा दिन है ते उन्हां दे हवाले नाल तुसी जिस तरह दस्या कि देश भगत हाल उत्थे जलंधर दे विच मौजूद है ते साडे बहुत सारे जिहड़े स्टूडेंट ने वो बाबा जी सोहन सिंह भकना ते साडे वल काम अजे नहीं होया उस ना जिस तरह हिस्ट्री दा होना चाहिए सी। तो असीं ये चाहवांगे क्योंकि तुसी उस सारे क्योंकि उस शहर विच हो ਤੇ ਉਸ ਹਵਾਲੇ ਨਾਲ ਕੋਈ ਸਾਨੂੰ ਦੱਸੋ ਕਿ ਉੱਥੇ ਮੇਲਾ ਉਹਨਾਂ ਦਾ ਕਦੋਂ ਲੱਗਦਾ ਹੈ ਗਦਰੀ ਬਾਬਿਆਂ ਦਾ ਉੱਥੇ ਕਿਸ ਤਰ੍ਹਾਂ ਉੱਥੇ ਦੇ ਆਰਕਾਈਵ ਕਿਸ ਤਰ੍ਹਾਂ ਨੇ ਉਹ ਉੱਥੇ ਕਿਸ ਤਰ੍ਹਾਂ ਅਸੀਂ ਐਕਸੈਸ ਕਰ ਸਕਦੇ ਹਾਂ। ਬੜੀ ਵਧੀਆ ਗੱਲ ਹੈ, ਇਹ ਜਾਣਾ ਚਾਹੀਦਾ ਸੀਗਾ, ਖਾਸ ਕਰ ਜਿਹੜੇ ਰਿਸਰਚ ਕਰਨਾ ਚਾਹੁੰਦੇ ਨੇ। ਦੇਸ਼ ਭਗਤ ਯਾਦਗਾਰ ਹਾਲ ਜਿਹੜਾ ਹੈ ਉਹ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਉਸਾਰੀ ਗਈ ਬਹੁਤ ਵੱਡੀ ਇਮਾਰਤ ਹੈ, ਜਿਹਦੀ ਇਮਾਰਤ ਦੀ ਖੂਬਸੂਰਤੀ ਦੇ ਨਾਲ ਨਾਲ ਇੱਕ ਤਾਂ ਉਹਨਾਂ ਦੇ ਅਕੀਦਿਆਂ ਨੂੰ ਅਸੀਂ ਸਜਦਾ ਕਰਦੇ ਹਾਂ ਉੱਥੇ, ਤਾਂ ਇੱਕ ਉੱਥੇ ਬਹੁਤ ਵੱਡੀ ਲਾਇਬ੍ਰੇਰੀ ਹੈ ਉਹਨਾਂ ਦੀ, ਹਜ਼ਾਰਾਂ ਕਿਤਾਬਾਂ ਔਰ ਡਾਕੂਮੈਂਟਸ ਜਿਹੜੇ ਗਦਰ ਪਾਰਟੀ ਨਾਲ ਜੁੜੇ ਹੋਏ ਨੇ। ਮਸਲਨ ਮੈਂ ਤੁਹਾਨੂੰ ਦੱਸਦਾ ਉੱਥੇ ਇੱਕ ਬਹੁਤ ਜਿੰਨੇ ਕੌਨਸਪਰੇਸੀ ਕੇਸਿਸ ਨੇ ਉਹਨਾਂ ਸਾਰਿਆਂ ਦੀਆਂ ਕਾਪੀਜ਼ ਪਈਆਂ ਨੇ, ਉਹਨਾਂ ਟ੍ਰਾਇਲਸ ਦੀਆਂ ਕਾਪੀਜ਼ ਪਈਆਂ ਨੇ। ਗਦਰੀ ਬਾਬੇ ਜਿਹੜੇ ਦੈਟ ਟਾਈਮ ਜ਼ਿੰਦਾ ਸੀਗੇ, ਜਿਹੜੇ ਉਹਨਾਂ ਦੀਆਂ ਬਹੁਤ ਸਾਰੇ ਬਾਬਾ ਗਦਰੀ ਬਾਬਿਆਂ ਦੀਆਂ ਇੰਟਰਵਿਊਜ਼ ਪਈਆਂ ਨੇ ਉਸ ਮਿਊਜ਼ੀਅਮ ਉਸ ਲਾਇਬ੍ਰੇਰੀ ਦੇ ਵਿੱਚ, ਬਹੁਤ ਸਾਰੇ ਡਾਕੂਮੈਂਟਸ, ਚਿੱਠੀਆਂ, ਯਾਦਾਂ, ਉਹਨਾਂ ਦੀ ਕਲੈਕਸ਼ਨ, ਕਿਤਾਬਾਂ ਦੀ ਕਲੈਕਸ਼ਨ। ਜਿਵੇਂ ਇੱਕ ਤੈਨੂੰ ਬਹੁਤ ਪਿਆਰੀ ਗੱਲ ਦੱਸਦਾ ਮੈਂ, ਉੱਥੇ ਹੀਰ ਦੀ ਇੱਕ ਕਾਪੀ ਪਈ ਹੈ, ਬਾਬਾ ਵਾਰਿਸ ਸ਼ਾਹ ਦੇ ਹੀਰ ਦੀ ਕਾਪੀ ਪਈ ਹੈ, ਤੈਨੂੰ ਬੜਾ ਚੰਗਾ ਲੱਗਦਾ ਹੁੰਦਾ, ਕਈ ਵਾਰੀ ਭਾਵਨਾ ਜਿਹੀਆਂ ਜੁੜਦੀਆਂ ਨੇ ਜਦੋਂ ਜਿਸ ਵੇਲੇ ਉਹ ਕਾਪੀ, ਉਹ ਹੈ ਜਿਹੜੀ ਸ਼ਹੀਦੇ ਆਜ਼ਮ ਸ਼ਹੀਦ ਊਧਮ ਸਿੰਘ ਹੋਰਾਂ ਦੇ ਕੋਲ ਸੀ ਔਰ ਉਹਦੇ ਉੱਤੇ ਉਹਨਾਂ ਦੇ ਦਸਤਖਤ ਬਹੁਤ ਜਗ੍ਹਾ ਤੇ ਹੋਏ ਹੋਏ ਨੇ, ਕਿਤੇ ਕਿਤੇ ਹੀਰ ਦੀਆਂ ਜਿਹੜੀਆਂ ਤੁੱਕਾਂ ਉਹਨਾਂ ਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਤੇ ਉਹ ਅੰਡਰਲਾਈਨ ਕੀਤੀਆਂ ਹੋਈਆਂ ਨੇ। ਬਹੁਤ ਸਾਰੇ ਗਦਰੀਆਂ ਦੇ ਡੈਥ ਸਰਟੀਫਿਕੇਟ, ਬਰਥ ਸਰਟੀਫਿਕੇਟ ਜਾਂ ਉਹ ਹਿਸਟੋਰੀਕਲ ਡਾਕੂਮੈਂਟਸ ਨੇ ਤੌਹੀਦ ਜੀ ਉੱਤੇ ਬਹੁਤ ਪਏ ਨੇ। ਗਦਰ ਪਾਰਟੀ ਨਾਲ ਸੰਬੰਧਿਤ ਲਿਟਰੇਚਰ ਲਗਭਗ ਸਾਰਾ ਹੈ ਉੱਥੇ। ਫਿਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹਨਾਂ ਗਦਰੀ ਦੇਸ਼ ਭਗਤਾਂ ਦੀਆਂ ਤਸਵੀਰਾਂ ਨੇ ਉੱਥੇ। ਮੈਂ ਥੋੜ੍ਹਾ ਜਿਹਾ ਬਿਜ਼ੀ ਹੋ ਗਿਆ ਨੇ ਤਾਂ ਮੈਂ ਤੁਹਾਨੂੰ ਭੇਜਣੀਆਂ ਸੀ। ਬਾਬਾ ਸੋਹਣ ਸਿੰਘ ਭਕਨਾ ਹੋਰਾਂ ਦੀ ਮੇਰੇ ਕੋਲ ਜਵਾਨੀ ਵੇਲੇ ਦੀ ਤਸਵੀਰ ਹੈ, 1913-14 ਦੇ ਵੇਲੇ ਦੀ ਤਸਵੀਰ ਹੈ, 1936 ਵਾਲੀ ਤਸਵੀਰ ਹੈ, 47 ਵਾਲੀ ਤਸਵੀਰ ਹੈ, ਟਿਲ ਡੈਥ ਤੱਕ ਦੀਆਂ ਉਹਨਾਂ ਦੇ ਕੋਲ ਮੇਰੇ ਕੋਲ ਕੋਈ 8 ਤਰੀਕੇ ਦੀਆਂ ਤਸਵੀਰਾਂ ਨੇ ਜਿਹਦੇ ਵਿੱਚ ਤੁਹਾਨੂੰ ਬਾਬਾ ਜੀ ਦਾ ਜੀਵਨ ਸਾਰੇ ਦਾ ਸਾਰਾ ਤਾਂ ਉਹ ਤਸਵੀਰਾਂ ਉੱਥੇ ਵੀ ਨੇ। ਜਿਵੇਂ ਮੈਂ ਉਹ ਪੰਜੇ ਦੇਸ਼ ਭਗਤਾਂ ਦੀ ਵਾਲੀ ਤਸਵੀਰ ਉੱਥੇ ਲੱਗੀ ਹੋਈ ਹੈ, ਉਹ ਤਸਵੀਰਾਂ ਦੇ ਰੂਪ ਦੇ ਵਿੱਚ ਵੀ ਬਹੁਤ ਸਾਰਾ ਇਤਿਹਾਸ ਉੱਥੇ ਸਾਂਭਿਆ ਪਿਆ ਹੈ। ਉਹ ਔਰ ਸੰਡੇ ਨੂੰ ਛੱਡ ਕੇ ਲਗਭਗ ਖੁੱਲੇ ਹੁੰਦੇ ਆ ਉਹ 10 ਤੋਂ 5 ਦੇ ਕਰੀਬ। ਅਦਰਵਾਈਜ਼ ਵੀ ਜੇ ਕੋਈ ਉੱਥੇ ਰਹਿਣਾ ਵੀ ਚਾਹੇ ਕੋਈ ਗੁਜਾਰਤੀ ਜਿਹੜਾ ਹੈ ਤਾਂ ਉਹਨਾਂ ਵਾਸਤੇ ਉੱਥੇ ਰਹਾਇਸ਼ ਦਾ ਪ੍ਰਬੰਧ ਹੈ, ਖਾਣੇ ਦਾਣੇ ਦਾ ਪ੍ਰਬੰਧ ਵੀ ਕਮੇਟੀ ਜਿਹੜੀ ਆ ਉਹ ਕਰ ਦਿੰਦੀ ਹੈ ਜੇ ਕੋਈ ਗਦਰ ਪਾਰਟੀ ਦੇ ਉੱਤੇ ਕੰਮ ਕਰਨਾ ਚਾਹੇ ਤਾਂ। ਸੈਕਿੰਡ ਜਿਹੜਾ ਮੇਲੇ ਦੀ ਗੱਲ ਤੁਸੀਂ ਕੀਤੀ ਹੈ, ਇਹ ਹਰ ਸਾਲ 1 ਨਵੰਬਰ ਨੂੰ ਮੇਲਾ ਲੱਗਦਾ ਹੈ ਤੁਹਾਡੀ ਜੀ, ਬਹੁਤ ਵੱਡਾ ਮੇਲਾ ਹੁੰਦਾ ਹੈ। ਦੋ ਤਿੰਨ ਐਤਕੀ ਕਰੋਨਾ ਕਰਕੇ 2 ਦਿਨ ਦਾ ਲੱਗਾ, ਬੁੱਕ ਉੱਥੇ ਫੇਅਰ ਲੱਗਦਾ ਹੈ ਔਰ ਲੱਖਾਂ ਰੁਪੀਸ ਦੀਆਂ ਕਿਤਾਬਾਂ ਉੱਥੇ ਵਿਕਦੀਆਂ ਨੇ। ਪ੍ਰਗਤੀਸ਼ੀਲ ਲਿਟਰੇਚਰ, ਵਧੀਆ ਲਿਟਰੇਚਰ ਦੀਆਂ ਲੋਕ ਆਉਂਦੇ ਨੇ, ਸਾਰੀ ਰਾਤ ਨਾਟਕ ਹੁੰਦੇ ਨੇ, 2 ਰਾਤਾਂ ਨਾਟਕ ਹੁੰਦੇ ਨੇ, ਬਲਕਿ ਡਾਕੂਮੈਂਟਰੀ ਫਿਲਮ ਦਿਖਾਈਆਂ ਜਾਂਦੀਆਂ ਨੇ ਸਾਰੇ ਦਿਨ ਦੇ ਮੇਲੇ ਦੇ ਵਿੱਚ। ਤੁਸੀਂ ਜਿਸ ਇਸ ਵਾਰ ਉਹ ਸਾਰੇ ਦਾ ਸਾਰਾ ਕਿਸਾਨੀ ਸੰਘਰਸ਼ ਨੂੰ ਹੀ ਸਮਰਪਿਤ ਸੀ, ਜਾਂ ਕੁਛ ਦਲਿਤ ਇਸ਼ੂਜ਼ ਨੂੰ ਲੈ ਕੇ ਵੀ ਉਹਦੇ ਵਿੱਚ ਗੱਲਾਂ ਜਿਹੜੀਆਂ ਸੀਗੀਆਂ। ਬਹੁਤ ਵੱਡੇ ਬੁਲਾਰੇ ਆਉਂਦੇ ਨੇ, ਇੰਟਲੈਕਚੁਅਲਸ ਨੂੰ ਸੱਦਿਆ ਜਾਂਦਾ ਹੈ, ਬੱਚਿਆਂ ਦੇ ਪੇਂਟਿੰਗ ਮੁਕਾਬਲੇ, ਕੁਇਜ਼ ਮੁਕਾਬਲੇ, ਗਾਇਨ ਮੁਕਾਬਲੇ, ਉਸ ਹਿਸਟਰੀ ਨੂੰ ਲੈ ਕੇ, ਗਦਰ ਪਾਰਟੀ ਦੀ ਹਿਸਟਰੀ ਨੂੰ ਪਰਟੀਕੁਲਰ ਨੂੰ ਲੈ ਕੇ, ਪੇਂਟਿੰਗ ਜਿਹੜੀ ਹੈ ਉਹ ਗਦਰ ਰਾਈਟਸ ਦੇ ਪੋਰਟਰੇਟ ਨੂੰ ਲੈ ਕੇ। ਸੋ ਇਹ ਮੇਲਾ ਪਹਿਲਾਂ ਐਸਾ ਭੱਖ ਗਿਆ ਸੀ ਕਿ ਇਹ 1 ਦਿਨ ਤੋਂ 3 ਦਿਨ ਤੋਂ 5 ਦਿਨ 7 ਦਿਨ ਤੱਕ ਦਾ ਮੇਲਾ ਚਲੇ ਗਿਆ ਸੀ। ਐਤਕੀ ਕਰੋਨਾ ਕਰਕੇ ਥੋੜਾ ਜਿਹਾ ਘੱਟ, ਫਿਰ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ
इंटेलेक्चुअल लोग अपनी टपड़ियां लैके छोटे छोटे नुक्कड़ नाटकों वाले कवि दरबार बड़ा भावपूर्वक हुंदा है जी ये। यानी ये 1 नवंबर की रात का सिखरला ओदा पड़ाव होता है, उस तो मैनू लगता अगले वक्त साल जो सौख रही सौखी रहेगी रहेगी जी कि गल है, तो मैनू लगता है 3 दिन का मेला जिदा पहला लगता सीगा उस तरीके 3 दिन लगेगा। हर साल 1 नवंबर वाले दिन ओदा सिखर हुंदा दिन ते रात। जी मैं अपने दोस्तों नूं दसां, साडे नाल महमूद अवान साहब भी मौजूद ने, हुणे साडे नाल जुड़े ने। उन्हां दे कोलों असीं बाबा सोहन सिंह पकना होना दी वेल, उन्हां दी शायरी है, वो असीं सुणांगे। वो साडे नाल स्टूडियो च मौजूद ने ते असीं उन्हां नूं जी आयां ही आखने हां। आखिर ते इक गल असीं काली जी मैं करना चाहांगा कि अज दा जिहड़ा नौजवान है, अज दा जिहड़ा अज दी जिहड़ी पीढ़ी है, जिहड़ी अज पंजाब नूं उहनां ने दो रंगां च वेख्या। एक ते उहनां ने वेख्या जिहड़ा अज तों मैं कहिंदा कि 2-4 महीने पहले दा पंजाब सी, जिहदे विच कोई गलबात नहीं सी है, जिस तरह ना बोली नूं लै के ते ना किसे तरह दी किसानी नूं लै के, बल्कि कई साल गुजर गए, असीं ते जिउंदा वेखण लगे। इसे तरह ही वेख्या कि ਇਹ ਸੁਣਦੇ ਆ ਕਿ 65% ਲੋਕ ਪਿੰਡਾਂ 'ਚ ਰਹਿੰਦੇ ਨੇ, ਉਹਨਾਂ 'ਚੋਂ 60% ਲੋਕ ਕਿਸਾਨੀ ਨਾਲ ਜੁੜੇ ਨੇ, ਪਰ ਕਦੀ ਟੀਵੀ ਤੇ ਕਦੀ ਖਬਰਾਂ 'ਚ ਸਾਡਾ ਕੋਈ ਹਿੱਸਾ ਉਹਨਾਂ ਕਿਸਾਨਾਂ ਦਾ ਨਹੀਂ ਆਇਆ। ਤੇ ਅੱਜ ਦਾ ਨੌਜਵਾਨ ਜਦੋਂ ਉਹ ਸਾਰੀ ਕਿਸਾਨੀ ਦੀ ਉਸ ਲਹਿਰ ਨੂੰ ਵੇਖ ਰਿਹਾ, ਲੋਕਾਂ ਦੀ ਗੱਲਬਾਤ ਸੁਣ ਰਿਹਾ, ਪੰਜਾਬ ਦੀ ਗੱਲ ਹੁੰਦੀ ਹੈ, ਤੇ ਅੱਜ ਜਦੋਂ ਅਸੀਂ ਬਾਬਾ ਸੋਹਨ ਸਿੰਘ ਭਕਨਾ ਉਹਨਾਂ ਦੀ ਗੱਲ ਕਰ ਰਹੇ ਹਾਂ, ਤੇ ਮੈਂ ਕਹਿੰਦਾ ਕਿ ਅਗਰ ਅਸੀਂ ਇਹਨੂੰ 5 ਜਾਂ 4 ਲਾਈਨਾਂ ਦੇ ਵਿੱਚ ਬਾਬਾ ਸੋਹਨ ਸਿੰਘ ਭਕਨਾ ਉਹਨਾਂ ਦੇ ਜਿਹੜੇ ਦਿੱਤੀਆਂ ਗਈਆਂ ਕੁਰਬਾਨੀਆਂ ਔਰ ਕੰਮ ਸੀ, ਉਹਨਾਂ ਨੂੰ ਅਸੀਂ ਅੱਜ ਦੇ ਨੌਜਵਾਨ ਨਾਲ ਕਿਸ ਤਰ੍ਹਾਂ ਜੋੜ ਕੇ ਉਹਦੇ ਤੋਂ ਕਿਸ ਤਰ੍ਹਾਂ ਸਿੱਖ ਸਕਦੇ ਹਾਂ। ਦੇਖੋ ਮੈਂ ਪਿੰਡ ਦੀ ਗੱਲ ਕਰਦਾ, ਉਸ ਥਾਂ ਦੀ ਗੱਲ ਕਰਦਾ ਹਾਂ ਜਿੱਥੇ ਇਹ ਸੰਘਰਸ਼ ਟਿੱਕਰੀ ਤੋਂ ਲੈ ਕੇ ਬਹਾਦਰਗੜ੍ਹ ਤੋਂ ਲੈ ਕੇ ਸਿੰਘੂ ਤੋਂ ਲੈ ਕੇ ਕੁੰਜੀ ਤੋਂ ਲੈ ਕੇ ਸੋਨੀਪਤ ਤੱਕ ਜਿੱਥੇ ਨੌਜਵਾਨ ਪਹੁੰਚੇ ਹੋਏ ਨੇ, ਤਾਂ ਤੁਸੀਂ ਉੱਥੇ ਦੇਖੋਗੇ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਕਿਤਾਬਾਂ ਨੇ, ਔਰ ਉਹ ਇਕੱਲੀਆਂ ਕਿਤਾਬਾਂ ਇਹ ਹੱਥਾਂ ਦੇ ਵਿੱਚ ਕਿਤਾਬਾਂ ਨਹੀਂ ਆ, ਉਹ ਬੈਠੇ ਉੱਥੇ ਪੜ੍ਹਨ ਲੱਗੇ ਹੋਏ ਨੇ, ਉਹ ਕਰਤਾਰ ਸਿੰਘ ਸਰਾਭਾ ਨੂੰ ਰੀਕਾਲ ਕਰ ਰਹੇ ਨੇ, ਉਹਨੂੰ ਉਹ ਸ਼ਹੀਦਿਆਂ ਦੇ ਭਗਤ ਸਿੰਘ ਦੀਆਂ ਲਿਖਤਾਂ ਨੂੰ ਰੀਕਾਲ ਕਰ ਰਹੇ ਨੇ, ਉਹ ਗਦਰੀਆਂ ਦੀਆਂ ਕਿਤਾਬਾਂ ਨੂੰ ਰੀਕਾਲ ਕਰ ਰਹੇ ਨੇ। ਉੱਥੇ ਡਾਕਟਰ ਅੰਬੇਡਕਰ ਦੀ ਕਿਤਾਬ ਮੈਂ ਜਾਤ ਪਾਤ ਦਾ ਬੀਜ ਨਾਸ਼ ਦੇਖ ਰਿਹਾ ਕਿ ਉੱਥੇ ਉਹਨੂੰ ਰੀਥਿੰਕ ਕੀਤਾ ਜਾ ਰਿਹਾ, ਡਿਸਕਸ ਕੀਤਾ ਜਾ ਰਿਹਾ ਹੈ, ਔਰ ਉਹ ਨੌਜਵਾਨੀ ਆਪਣੇ ਬਜ਼ੁਰਗ, ਸਾਨੂੰ ਜਿਹੜਾ ਲੱਗਦਾ ਸੀਗਾ ਕਿ ਆਪਣੇ ਬਜ਼ੁਰਗਾਂ ਦੇ ਕੋਲ ਨਹੀਂ ਬਹਿੰਦੀ, ਉਹ ਬਜ਼ੁਰਗਾਂ ਦੀ ਜਦੋਂ ਮੈਂ ਸੇਵਾ ਕਰਦੇ ਦੇਖਿਆ ਉਹਨਾਂ ਨੂੰ, ਮਾਈ ਗੋਡ, ਜਿਸ ਤਰੀਕੇ ਦੇ ਨਾਲ ਉੱਥੇ ਸਫਾਈ ਕਰਦੇ ਦੇਖਿਆ, ਜਿਸ ਤਰੀਕੇ ਦੇ ਨਾਲ ਲਾਂਘਿਆਂ ਨੂੰ ਰਾਂਝਿਆਂ ਨੂੰ ਉਹ ਸਾਰੇ ਦੇ ਸਾਰਾ ਜਿਸ ਵੇਲੇ ਦੇਖ ਰਿਹਾ, ਤੇ ਮੈਨੂੰ ਲੱਗਾ ਕਿ ਇਹਨਾਂ ਦੇ ਵਿੱਚ ਉਹ ਜਜ਼ਬਾ ਜਿਹੜਾ ਅਸੀਂ ਕਦੇ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਵਿੱਚ ਦੇਖਦੇ ਸੀ, ਸ਼ਹੀਦਾਂ ਦਾ ਭਗਤ ਸਿੰਘ ਦੀ ਨੌਜਵਾਨ ਸਭਾ ਦੇ ਲੋਕਾਂ ਦੇ ਵਿੱਚ ਦੇਖ, ਲਗਭਗ ਉਹੋ ਜਿਹਾ ਜਜ਼ਬਾ ਹੀ ਮੈਨੂੰ ਉੱਥੇ ਨੌਜਵਾਨਾਂ ਦੇ ਵਿੱਚ ਲੱਗਾ, ਔਰ ਯੂਨੀਵਰਸਿਟੀਆਂ ਦੇ ਨੌਜਵਾਨ ਗਏ ਹੋਏ ਨੇ, ਡਫਲੀਆਂ ਲੈ ਕੇ ਗਾ ਰਹੇ ਨੇ, ਉਹ ਕਿਤੇ ਤਹੱਮਲ ਦੇ ਨਾਲ, ਸਿਦਕ ਦੇ ਨਾਲ, ਸਬਰ ਦੇ ਨਾਲ, ਸ਼ਾਂਤ। ਮੈਂ 2-3 ਗੱਲਾਂ ਦੇਖੀਆਂ ਉੱਥੇ, ਉਹ ਕੋਈ ਨੌਜਵਾਨ ਆਇਆ ਟਰੈਕਟਰ ਉੱਤੇ ਡੈਕ ਲਾਇਆ ਹੋਇਆ, ਕੁਰਸੀ ਸੀ, ਕਿਸਾਨੀ ਸੰਘਰਸ਼ ਦੇ ਗੀਤ ਲਾਏ ਹੋਏ, ਇੱਕ ਬਜ਼ੁਰਗ ਸਪੀਕਰ ਚੋਂ ਬੋਲ ਰਹੇ ਸੀਗੇ, ਉਹ ਕਹਿੰਦੇ ਯਾਰ ਅਸੀਂ ਮਤਲਬ ਜਸ਼ਨ ਥੋੜੋਂ ਆਏ ਸੀ, ਇੱਕਦਮ ਸ਼ਾਂਤ ਹੋ ਗਿਆ, ਇੱਕਦਮ ਬਿਲਕੁਲ ਉਹਨੇ ਉੱਚੀ ਆਵਾਜ਼ ਜਿਹੜੀ ਸੀ ਆਪਣੀ ਬੰਦ ਕਰਤੀ। ਹਾਲਾਂਕਿ ਕਿਸਾਨੀ ਸੰਘਰਸ਼ ਦੇ ਹੀ ਗੀਤ ਜਿਹੜੇ ਸੀਗੇ ਉਹ ਗਾ ਰਹੇ ਸੀਗੇ। ਸੋ ਉੱਥੇ ਮੈਂ ਦੇਖ ਰਿਹਾ ਵੱਖ ਵੱਖ ਯੂਨੀਵਰਸਿਟੀਆਂ ਦੇ ਜਿਹੜੇ ਸਟੂਡੈਂਟ ਯੂਨੀਅਨਾਂ ਦੇ ਵਿਦਿਆਰਥੀ ਵੀ, ਆਮ ਵਿਦਿਆਰਥੀ, 10ਵੀਂ 11ਵੀਂ 12ਵੀਂ ਦੇ ਵਿਦਿਆਰਥੀ ਵੀ, ਉਹ ਕਹਿੰਦੇ ਨਹੀਂ ਅਸੀਂ ਸੰਘਰਸ਼ ਦੇਖਣ ਜਾਣਾ ਔਰ ਅਸੀਂ ਕਿਸਾਨਾਂ ਦੇ ਨਾਲ ਹਾਂ। ਤੋਹੀਦ ਜੀ ਤੁਸੀਂ ਹੈਰਾਨ ਰਹਿ ਜਾਓਗੇ ਕਿ ਸ਼ਹਿਰਾਂ ਦੇ ਵਿੱਚ ਤੁਹਾਨੂੰ ਹਰ ਚੌਥਾ ਝੰਡਾ ਜਿਹੜਾ ਹੈ ਪੰਜਾਬ ਦੇ ਵਿੱਚ ਇਸ ਟਾਈਮ ਕਾਰ ਦੇ ਉੱਤੇ ਕਿਸਾਨੀ ਦੇ ਪੇਪਰ ਦਾ ਲੱਗਾ ਮਿਲ ਜਾਏਗਾ, ਔਰ ਤੀਜੀ ਕਾਰ ਦੇ ਉੱਤੇ ਤੁਹਾਨੂੰ ਨੋ ਫਾਰਮਰ ਨੋ ਫੂਡ, ਵੀ ਲਵ ਫਾਰਮਰ, ਵੀ ਕੋਈ ਸਟੈਂਡ ਵਿਦ ਫਾਰਮਰ, ਉਹਦੇ ਸਟਿੱਕਰ ਲੱਗੇ ਹੋਏ ਤੁਹਾਨੂੰ ਹਰ ਤੀਜੀ ਕਾਰ ਦੇ ਉੱਤੇ ਜੇ, ਔਰ ਜਾਂ ਫਿਰ ਇਹ ਲੱਗੇ ਮਿਲ ਜਾਣਗੇ ਨੌਜਵਾਨਾਂ ਦੇ ਕਿ ਸਾਡੇ ਕੋਲ ਜ਼ਮੀਨ ਨਹੀਂ, ਸਾਡੇ ਕੋਲ ਜ਼ਮੀਰ ਹੈ। ਸੋ ਉਹ ਜ਼ਮੀਰ ਜਾਗੀ ਮੈਨੂੰ ਲੱਗਾ। ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ ਉਹ ਟਰਾਲੀਆਂ ਜਿੱਤਾਂ ਹਾਰਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਹੈ, ਕਾਨੂੰਨ ਵਾਪਸੀ ਦੀਆਂ ਗੱਲਾਂ ਜਾਂ ਨਾ ਵਾਪਸੀ ਦੀਆਂ ਗੱਲਾਂ ਨਹੀਂ ਹੁੰਦੀਆਂ ਹੈ, ਮੈਂ ਇਹ ਕਹਿ ਰਿਹਾ ਟਰਾਲੀਆਂ ਜਦੋਂ ਵੀ ਆਉਣਗੀਆਂ ਉਹ ਚਾਨਣ ਨਾਲ ਭਰੀਆਂ। ਵਾਹ ਵਾਹ, ਚਲੋ ਬਹੁਤ ਅੱਛੀ ਗੱਲ। ਅਸੀਂ ਉਹਨਾਂ ਦਾਵਾ ਦੇਵਾਂਗੇ, ਸਾਡੇ ਬਹੁਤ ਸੀਨੀਅਰ ਦੋਸਤ ਮਹਿਮੂਦ ਅਵਾਨ ਸਾਹਿਬ ਵੀ ਸਾਡੇ ਨਾਲ ਨੇ,
जी अवान साहब जी हैं। हाँ जी चलो सब जी हाल जी क्योंकि बाबी होना दा जन्म दिन है ते असि हुण तुहाडे कोलों जिहड़ी उहनां दे हवाले नाल तुसां लिखिआ है असि ओह सुणांगे तुहाडी गल्लबात। हाँ जी मैं बस सिर्फ दो दो गल्लां कर देवां जिहड़ियां कि साडे लहिंदे पंजाब वास्ते बड़ियां जरूरी ने, क्योंकि साडे हाँ गदर पार्टी नूं उंज नहीं पढ़िया गया ना गदरी बाबिआं नाल इंज एसोसीएट कीता गया और उहदी बहुत सारी वजह है। लेकिन यह बड़ा जरूरी है कि असीं समझिए कि ये जदों पंजाब की गल होंदी है तो गदरी बाबिआं की गल इंज ही होंदी है जिवें असीं अपनी बाकी बाबिआं की गल करदे हां और यह करना साडे सारिआं वास्ते बड़ा जरूरी है और यह बड़ा सौखा साढ़े वास्ते और दो चीज़ा ने इस वास्ते मैं जी जिक्र करना जरूरी है कि बाबे सोहन सिंह बकनैन की जी आबीती सी जी ऑटोबायोग्राफी उन्होंने लिखी है वह उर्दू च लिखी है उन्होंने और वह साढ़े हाँ लेंदे पंजाब अहमद सलीम ने एस डी पी आई की तरफों छापी भी है और यह उदा टाइटल है और एने हथ लिखत जी बाबे की है क्योंकि हथ लिखत सी उतों उन्हें छापी है उदी पिक्चर भी उन्हें दी है और यह तुहानू जिहड़े उर्दू पढ़ सकते हैं उन्होंने नज़र आ रही होएगी। सो ये बड़े शर्म की गल है कि साढ़े कोल छपी हुई है और बाबे ने उर्दू च लिखी है सब तो पहले और वह भी नहीं साढ़े बंद ने पढ़ी और ये बिल्कुल 96 सफ़े की है और ये पढ़ के सानू पता लगता फस्ट हैंड कि गदर मूवमेंट की सी और की काम किया बाबे बकने ने और करतार सिंह सराभा ने और बाकी जेडे मौली बरकतुल्ला और जेडे लोग नाल शामिल सन बाबे उस टाइम से। और दूजी चीज भी है साढ़े वास्ते लेंदे पंजाब वास्ते कि बाबा होरी जदों फड़े गए ने तो पहले उन्होंने डिस्ट्रिक्ट जेल मुल्तान च लियाया गया। सो पहली बार जदों फड़े गए ने 14 अक्टूबर 1914 नूं तो वह डिस्ट्रिक्ट जेल मुल्तान रहे ने फिर उन्होंने सारी फेरी जी उन्हों की है जेल यात्रा की वो सेंट्रल जेल लाहौर भी रहे ने और उन्होंने भगत सिंह के नाल भी मुलाकात है और उद्दे उन्होंने पांच छे चार पांच सफ़िया का बल्कि आई थिंक 3 सफ़िया का एक अलहदा सैक्शन भी है उन्होंने ऑटोबायोग्राफी कि भगत सिंह नाल कैसी मुलाकात रही उन्होंने वह दोनों भी एको टाइम पर रहे ने। और दूजा इंट्रस्टिंग यह है कि एंडेमान दे विच सवरकर जिहड़ा वीर सवरकर जिन्हों कहिंदे ने हिंदुत्वा दा उहदे नाल भी बाबे की मुलाकात हुई है वह काले पानी च भी हुई है तो उस बाद बरोडा जेल च भी हुई है। सो दो बड़ा उहदा सटल तरीके नाल उन्होंने जिक्र किया उन्हें जो कंप्रोमाइज करके निकलिया उदा भी जिक्र किया उन्होंने एक लाइन है। सो ए ईवन बाबा साढ़े उस टाइम की सारी जी ईथॉस है और सारा जो रेवोल्यूशन है वह शुक्र है बाबा लिख गया है असी नवे सफ़ियां दे विच जिहड़ा पढ़ना बड़ा जरूरी है। और दूजी चीज जी इंपॉर्टेंट है अगेन मेरा फोकस क्योंकि लहिंदे पंजाब वास्ते है क्योंकि चढ़दे च फिर भी गदरी पार्टी से काम होया है वह यह है कि बाबे साढ़े गदर अल गए इस वजह तो सन और तुसी पढ़ो तो तुहानू पता लगता है कि इन्होंने जदों वो रेसिज़म अमरीका च वेख्या तो उत्थे वो कहिंदे सन भी साडी बेइज्जती बाकी मजदूर भी करदे सन इस वजह तो वही असी उस गुलामी का हिस्सा बने हुए हैं। और एक उन्होंने वाकया लिखा बाबे सोहन सिंह बकना ने अपनी ऑटोबायोग्राफी कि असी नौकरी लैन गए एक अमरीकी कोल ते उन्हें सानू बड़ी इज्जत नाल कुर्सियां ते बिठाया ते बिठा के सानू पुछदा कि तुहाडे ते हकूमत कौन कर रहा है ते असां कहिया जी गोरे ते उन्हें कहा तुहाडी आबादी किन्नी है उदों 30 करोड़ है उन्होंने लिखिया ते कहिंदा तुसी 30 करोड़ बंदे हो या 30 करोड़ भेडां हो जे तुसी 30 करोड़ बंदे हो ते यह मेरे को बंदूकां पईआं ने तुसी लै जाओ पहले अपना मुल्क छुड़ाओ तो फिर मैं तुहानू आंदिआं नाल गेट ते मिलांगा भी सही ते नौकरी भी देवांगा। यह कह के कहिंदा कि उन्होंने बेइज्जत करके सानू कढ दित्ता कि नौकरी मैं नहीं दिंदा गुलामां नूं इहजिआं नूं जिहड़े इन्नी गुलाम। सो यह बड़ा एक इंट्रस्टिंग है 90 सफ़े दे विच पूरा साडा इतिहास जिहड़ा कलोनीअल वह सारा इसे लभ जांदा। बट एनी वे नज़म ते आंदिआं होइआं सो वह मैं बाबिआं वास्ते एक वेल लिखी सी जिहड़ी कि मैं पढ़ के सुणाउणा वह पंजाबी नज़म है मेरी गदरी बाबिआं दी वेल सोहन सिंह बकना ते करतार सिंह सराभे का यह राइम च है। बाबे ने भुख हड़तालां बहुत कीतियां और बाबे नूं बड़ा माण सी कि मैं इतनियां भुख हड़तालां कीतियां ने। सो उत्थों शुरू होंदी है नज़म छोटी जी नज़म है भुख हड़तालां सालों सालां रत पिवाई असां भुख हड़तालां सालों सालां रत पिवाई असां नीवी अख ना होई सीने भांभड़ोई भुख हड़तालां सालों सालां रत पिवाई असां नीवी अख ना होई सीने भांभड़ ओई भुख हड़तालां वैरी चालां हथों हथ तलवारां
ਕਟਕ ਚੜ੍ਹਾਇਆ ਅਸਾਂ ਕਟਕ ਲਸ਼ਕਰ ਭੁੱਖ ਹੜਤਾਲਾਂ ਵੈਰੀ ਚਾਲਾਂ ਹੱਥੋ ਹੱਥ ਤਲਵਾਰਾਂ ਕਟਕ ਚੜ੍ਹਾਇਆ ਅਸਾਂ ਸੰਗਤ ਜੰਝ ਨਰੋਈ ਸੀਨੇ ਭਾਂਭੜ ਹੋਈ ਭੁੱਖ ਹੜਤਾਲਾਂ ਸੰਗਲ ਪੈਰਾਂ ਜੇਲੋਂ ਜੇਲ ਗਿਰਾਈ ਭੁੱਖ ਹੜਤਾਲਾਂ ਸੰਗਲ ਪੈਰਾਂ ਜੇਲੋਂ ਜੇਲ ਗਿਰਾਈ ਅਲੀ ਅਲੀ ਦੇ ਨਾਰੇ ਮਾਰਨ ਮਾਲਾ ਬਾਰ ਦੇਸਾਈ ਮਾਲਾਬਾਰ ਮੋਪਲ ਐਜੀਟੇਸ਼ਨ ਵਾਲੇ ਜਿਹੜੇ ਮੁਸਲਮਾਨ ਕਿਸਾਨ ਸਨ ਮਾਲਾਬਾਰ ਦੇ ਉਹ ਬਾਬੇ ਦੇ ਨਾਲ ਬਾਬੇ ਨੇ ਇੰਨੀਆਂ ਜੇਲਾਂ ਵਰਤੀਆਂ ਨੇ ਕਿ ਕੁਆਮਤੂਰ ਜੇਲ੍ਹ ਦੇ ਵਿੱਚ ਬਾਬੇ ਦੇ ਨਾਲ ਸਨ ਤੇ ਉਹ ਫਾਂਸੀਆਂ ਤੇ ਫਾਂਸੀ ਲਾਏ ਜਾ ਰਹੇ ਜਿਹੜੀ ਖਿਲਾਫਤ ਮੂਵਮੈਂਟ ਔਰ ਮੋਪਲ ਐਜੀਟੇਸ਼ਨ ਜਿਹੜੀ ਹੈ ਸੀ 1921 ਤੇ 22 ਦੀ ਤੇ ਬਾਬੇ ਨੇ ਬੜੇ ਪਿਆਰ ਨਾਲ ਜ਼ਿਕਰ ਕੀਤਾ ਬਲਕਿ ਬਾਬਾ ਹੀ ਕਹਿੰਦਾ ਕਿ ਜਦੋਂ ਉਹਨਾਂ ਦੀਆਂ ਫਾਂਸੀਆਂ ਇੰਨੀਆਂ ਲਾਈਆਂ ਗਈਆਂ ਨੇ ਇਹਨਾਂ ਨੂੰ ਮੋਪਲ ਐਜੀਟੇਸ਼ਨ ਜਿਹਨੂੰ ਮਾਲਾਬਾਰ ਐਜੀਟੇਸ਼ਨ ਵੀ ਕਹਿੰਦੇ ਨੇ ਕਿ ਉਹ ਅਲੀ ਅਲੀ ਦੇ ਨਾਰੇ ਮਰਦੇ ਹੋਏ ਫਾਂਸੀ ਤੇ ਚੜ ਜਾਂਦੇ ਸਨ ਤੇ ਅਸੀਂ ਵੇਖਦੇ ਰਹਿੰਦੇ ਸਾਂ ਸੋ ਉਹਦੇ ਨਾਲ ਜੋੜਿਆ ਮੈਂ ਜਾ ਕੇ ਭੁੱਖ ਹੜਤਾਲਾਂ ਸੰਗਲ ਪੈਰਾਂ ਜੇਲੋ ਜੇਲ ਗਿਰਾਈ ਅਲੀ ਅਲੀ ਦੇ ਨਾਰੇ ਮਾਰਨ ਮਾਲਾ ਬਾਰ ਦੇ ਸਾਈ ਧੂੜੋ ਧੂੜ ਲੜਾਈ ਮੌਤੋਂ ਖੌਫ ਨ ਕਾਈ ਕਿਹੜੀ ਕੈਦ ਰਿਹਾਈ ਭੁੱਖ ਹੜਤਾਲਾਂ ਸਾਲੋਂ ਸਾਲਾਂ ਰੱਤ ਪਿਵਾਈ ਅਸਾਂ ਨੀਵੀਂ ਅੱਖ ਨ ਹੋਈ ਸੀਨੇ ਭਾਂਭੜ ਹੋਈ ਤਵੀਰ ਜੀ ਜਨਾਬ ਵਾਹ ਜੀ ਵਾਹ ਬਹੁਤ ਜ਼ਬਰਦਸਤ ਸਰ ਅੱਜ ਕਮਾਲ ਹੋ ਗਿਆ ਅੱਜ ਤੇ ਸਾਡੇ ਇਸ ਤੇ ਸਾਰੇ ਦੋਸਤ ਇਕੱਠੇ ਹੋ ਗਏ ਅੱਜ ਦੇ ਇਸ ਦਿਨ ਤੇ ਦਿਨ ਵੀ ਬੜਾ ਵੱਡਾ ਦਿਨ ਅੱਜ ਬਾਬਾ ਜੀ ਦਾ ਜਨਮ ਦਿਨ ਔਰ ਉਹਨਾਂ ਦੇ ਹਵਾਲੇ ਨਾਲ ਅੱਜ ਦੀ ਗੱਲਬਾਤ ਮੇਰੇ ਵਾਸਤੇ ਤੇ ਅੱਜ ਬਹੁਤ ਅਹਿਮ ਦਿਨ ਨੇ ਔਰ ਸਾਡੇ ਕਲੱਬ ਵਾਸਤੇ ਕਿ ਅੱਜ ਦੋ ਸਕਾਲਰ ਸਾਡੇ ਨਾਲ ਅੱਜ ਦੇ ਇਸ ਦਿਨ ਤੇ ਮੌਜੂਦ ਨੇ ਔਰ ਅਸੀਂ ਮਾੜੀ ਚੰਗੀ ਜਿਸ ਤਰ੍ਹਾਂ ਦੀ ਵੀ ਇੱਕ ਕੋਸ਼ਿਸ਼ ਕੀਤੀ ਕਿ ਅੱਜ ਦੇ ਦਿਨ ਨੂੰ ਅਸੀਂ ਜਿਹੜਾ ਉਹ ਬਾਬਾ ਜੀ ਨੂੰ ਜਿਹੜਾ ਅਸੀਂ ਸਾਡੇ ਵੱਲੋਂ ਵੀ ਸਲਾਮ ਪਹੁੰਚੇ ਅਸੀਂ ਟ੍ਰਿਬਿਊਟ ਪੇਸ਼ ਕਰ ਸਕੀਏ ਅਸੀਂ ਇੱਕ ਕੋਸ਼ਿਸ਼ ਕੀਤੀ ਔਰ ਤੁਹਾਡੀ ਦੋਸਤਾਂ ਦੀ ਜਿਹੜੀ ਹੈ ਉਹ ਬੜੀ ਮਿਹਰਬਾਨੀ ਕਿ ਤੁਸੀਂ ਸਾਡਾ ਸਾਥ ਬਣੇ ਔਰ ਸਾਰਾ ਪ੍ਰੋਗਰਾਮ ਤੇ ਤੁਹਾਡਾ ਹੀ ਸੀ ਔਰ ਤੁਸਾਂ ਹੀ ਇਹਨੂੰ ਤੋੜ ਚਾੜਿਆ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਬਹੁਤ ਬਹੁਤ ਸ਼ੁਕਰੀਆ ਦੇਸਰਾਜ ਕਾਲੀ ਜੀ ਤੁਹਾਡਾ ਔਰ ਬਹੁਤ ਬਹੁਤ ਸ਼ੁਕਰੀਆ ਮਹਿਮੂਦ ਅਵਾਨ ਸਾਹਿਬ ਸਰ ਤੁਹਾਡਾ ਤਸ਼ਰੀਫ ਲਿਆਏ ਔਰ ਜਨਾਬ ਦੇਸਰਾਜ ਕਾਲੀ ਜੀ ਹੋਣਾ ਦਾ ਔਰ ਸਭ ਤੋਂ ਵੱਧ ਕੇ ਜਿਹੜੇ ਸਾਡੇ ਨਾਲ ਦੋਸਤ ਅੱਜ ਦੇ ਇਸ ਪੂਰੇ ਗੱਲਬਾਤ ਦੇ ਵਿੱਚ ਸ਼ਾਮਿਲ ਹੋਏ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਦੋਸਤ ਜਿਹੜੇ ਸ਼ਾਮਿਲ ਹੋਏ ਉਹਨਾਂ ਦਾ ਬਹੁਤ ਸ਼ੁਕਰੀਆ ਔਰ ਬਾਬਾ ਜੀ ਸੋਹਣ ਸਿੰਘ ਪਕਨਾ ਦੇ ਅੱਜ ਦੇ ਇਸ ਦਿਨ ਦੇ ਹਵਾਲੇ ਨਾਲ ਅਸੀਂ ਇਹ ਆਪਣੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵੱਲੋਂ ਔਰ ਅਸੀਂ ਆਪਣੇ ਜਿਹੜੇ ਯੰਗ ਹਿਸਟੋਰੀਅਨਸ ਨੇ ਉਹਨਾਂ ਦੇ ਨਾਲ ਇਹ ਗੱਲ ਪੱਕੀ ਕਰਦੇ ਹਾਂ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੋਜ਼ ਨੇ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਸਹੀ ਅਸੀਂ ਸਮਝਦੇ ਹਾਂ ਕਿ ਜਿਹੜੀ ਇੱਕ ਸੱਚੀ ਤੇ ਸੁੱਚੀ ਸੂਰਤ ਹੈ ਜੋ ਉਹਨਾਂ ਨੇ ਕੀਤੀ ਹੰਡਾਈ ਉਹ ਅਸੀਂ ਆਪਣੇ ਜਿਹੜੇ ਯੰਗ ਸਕਾਲਰਸ ਨੇ ਉਹਨਾਂ ਤੱਕ ਲੈ ਕੇ ਆਈਏ ਆਮ ਲੋਕਾਂ ਦੇ ਸਾਹਮਣੇ ਲੈ ਕੇ ਜਿਹਨਾਂ ਦੇ ਵਾਸਤੇ ਉਹਨਾਂ ਨੇ ਕੰਮ ਕੀਤਾ ਸੋ ਅਸੀਂ ਅੱਜ ਉਹਦਾ ਉਹਦਾ ਆਰ ਅਸੀਂ ਕਰਦੇ ਰਹੇ ਹਾਂ ਔਰ ਅੱਜ ਦਾ ਵੀ ਦਿਨ ਉਹਦੇ ਵਿੱਚ ਅਸੀਂ ਸ਼ਾਮਿਲ ਕੀਤਾ ਔਰ ਮੇਰੀ ਦੋਸਤਾਂ ਅੱਗੇ ਰਿਕੁਐਸਟ ਹੈ ਜਿਹੜੇ ਸਾਨੂੰ ਵੇਖ ਰਹੇ ਨੇ ਕਿ ਵੱਧ ਤੋਂ ਵੱਧ ਇਹਦਾ ਸਾਡਾ ਇਹਦੇ ਵਿੱਚ ਹਿੱਸਾ ਬਣੋ ਔਰ ਬੜੀ ਖੁਸ਼ੀ ਦੀ ਗੱਲ ਹੋਏਗੀ ਅਗਰ ਕੋਈ ਦੋਸਤ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਕਿਉਂਕਿ ਸਾਡੇ ਨਾਲ ਬਹੁਤ ਸਾਰੇ ਦੋਸਤ ਐਸੇ ਨੇ ਜਿਹੜੇ ਰਿਸਰਚਰ ਨੇ ਹਿਸਟੋਰੀਅਨਸ ਨੇ ਉਹ ਲਿਖਦੇ ਨੇ ਆਰਟੀਕਲਸ ਅਗਰ ਉਹ ਆਪਣੀਆਂ ਉਹ ਸਾਡੀਆਂ ਇਹਨਾਂ ਗੱਲਾਂ ਨੂੰ ਸਾਡੀਆਂ ਇਹਨਾਂ ਚੀਜ਼ਾਂ ਨੂੰ ਅਗਰ ਉਹ ਸਾਈਟ ਕਰਨ ਆਪਣੇ ਆਪਣੇ ਰਿਸਰਚ ਆਰਟੀਕਲਸ ਦੇ ਵਿੱਚ ਤੇ ਬਹੁਤ ਅੱਛਾ ਹੋਏਗਾ ਔਰ ਸਾਡੇ ਜਿਹੜੇ ਸਕਾਲਰਸ ਨੇ ਉਹ ਵੀ ਪੰਜਾਬ ਦੇ ਨਾਲ ਰਿਲੇਟਡ ਮੁਖਤਲਿਫ ਟਾਪਿਕਸ ਦੇ ਉੱਪਰ ਕੰਮ ਕਰਨ ਔਰ ਪੰਜਾਬ ਦੀ ਤਾਰੀਖ ਨੂੰ ਇਕੱਠਿਆਂ ਕਰਨ ਦਾ ਇੱਕ ਜਿਹੜਾ ਯਤਨ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਸਾਡਾ ਸਾਥ ਬਣਾ ਬਹੁਤ ਬਹੁਤ ਸ਼ੁਕਰੀਆ ਮਿਲਣੇ ਅਗਲੇ ਪ੍ਰੋਗਰਾਮ ਦੇ ਨਾਲ ਰੱਬ ਰੱਖ